ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਫਿਰ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਮਾਫੀ ਚਾਹੁੰਦੇ ਆ ਜਿਹੜਾ ਮੰਗਲਵਾਰ ਦਾ ਪ੍ਰੋਗਰਾਮ ਸੀਗਾ ਉਹ ਜਿਹੜਾ ਗੁਰਨਾਮ ਸਿੰਘ ਚਡੂਨੀ ਨਾਲ ਸਾਡਾ ਸੰਪਰਕ ਟੁੱਟ ਗਿਆ ਸੀ ਕਿਉਂਕਿ ਉਹ ਟਰਾਲੀ ਦੇ ਵਿੱਚ ਬੈਠੇ ਸੀ ਤੇ ਉੱਥੇ ਕਾਫੀ ਭਾਰੀ ਬਾਰਿਸ਼ ਹੋ ਰਹੀ ਸੀ ਤੇ ਇੰਟਰਨੈਟ ਦੀ ਕਨੈਕਟੀਵਿਟੀ ਬਿਲਕੁਲ ਘਟ ਗਈ ਸੀ ਤੇ ਉਸ ਚੀਜ਼ ਲਈ ਅਸੀਂ ਮਾਫੀ ਚਾਹੁੰਦੇ ਆ ਔਰ ਕੱਲ ਦਾ ਜਿਹੜਾ ਪ੍ਰੋਗਰਾਮ ਬਹੁਤ ਵਧੀਆ ਰਿਹਾ ਅੱਗੇ ਚੱਲਦੇ ਆ ਦਰਸ਼ਕੋ ਜਿੱਦਾਂ ਮੈਂ ਗੱਲ ਕੀਤੀ ਸੀ ਰਾਜਸਥਾਨ ਦੇ ਬੀਕਾਨੇਰ ਦੇ ਵਿੱਚ ਵੀ ਭੂਕੰਪ ਦੇ ਝਟਕੇ ਪਿਛਲੇ ਹਫਤੇ ਲੱਗੇ ਸੀ ਅੱਜ ਜੀ ਜਿਹੜੀ ਹੋਣੀ ਥੋੜਾ ਚਿਰ ਪਹਿਲਾਂ ਦੀ ਖਬਰ ਹੈ ਅਲਾਸਕਾ ਸਟੇਟ ਜਿਹੜੀ ਆਪਣੀ ਯੂਨਾਈਟਿਡ ਸਟੇਟਸ ਦੀ ਹੈਗੀ ਹੈ ਉਹਦੇ ਵਿੱਚ 8.2 ਦੀ ਤੀਵਰਤਾ ਨਾਲ ਜਿਹੜਾ ਅਰਥਕਵਿਕ ਆਇਆ ਹੈ ਪਰਮਾਤਮਾ ਮੋਰੇ ਅਰਦਾਸ ਕਰਦੇ ਹਾਂ ਕਿ ਕੋਈ ਕਿਸੇ ਤਰ੍ਹਾਂ ਦੀ ਜਾਨੀ ਮਾਲੀ ਨੁਕਸਾਨ ਨਾ ਹੋਇਆ ਹੋਊਗਾ ਦਰਸ਼ਕੋ ਇਸੇ ਤਰ੍ਹਾਂ ਹੀ ਆਪਣੀ ਜਿਹੜੀ ਕੁਦਰਤ ਹੈ ਜਿੱਦਾਂ ਆਪਾਂ ਰੁੱਖ ਪੱਟ ਰਹੇ ਹਾਂ ਉਸੇ ਤਰ੍ਹਾਂ ਹੀ ਕੁਦਰਤ ਆਪਦਾ ਜਿਹੜਾ ਹੈ ਉਹ ਕਹਿਰ ਦਿਖਾਉਂਦੀ ਹੈ ਜੇ ਆਪਾਂ ਉਹਨੂੰ ਆਪਦਾ ਦਿਖਾਵਾਂਗੇ ਤਾਂ ਹੁਣ ਤੁਸੀਂ ਦੇਖ ਰਹੇ ਹੋ ਉੱਤਰਾਖੰਡ ਅਤੇ ਹਿਮਾਚਲ ਦੇ ਵਿੱਚ ਥਾਂ ਥਾਂ ਬੱਦਲ ਫਟ ਰਹੇ ਨੇ ਥਾਂ ਥਾਂ ਔਰ ਜਿਹੜਾ ਆਪਣਾ ਪੌਂਗ ਡੈਮ ਹੈ ਉਹ ਆਪਦੀ ਲਿਮਿਟ ਤੋਂ ਉੱਪਰ ਪਾਣੀ ਉਹਦੇ ਵਿੱਚ ਆ ਰਿਹਾ ਹੈ ਆਲੇ ਦੁਆਲੇ ਏਰੀਏ ਨੂੰ ਅਲਰਟ ਕੀਤਾ ਹੋਇਆ ਔਰ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇੱਕ ਦੋ ਜਿਹੜੇ ਜ਼ਿਲ੍ਹੇ ਹਰਿਆਣੇ ਦੇ ਅਤੇ ਪੰਜਾਬ ਦੇ ਕਈ ਜ਼ਿਲ੍ਹੇ ਹਾਈ ਅਲਰਟ 'ਤੇ ਨੇ ਕਿਉਂਕਿ ਘੱਗਰ ਨਦੀ ਜਿਹੜੀ ਹੈ ਉਹ ਆਪਣੇ ਉਫਾਨ ਦੇ ਉੱਤੇ ਚੱਲ ਰਹੀ ਹੈ ਹੋ ਸਕਦਾ ਉਹਦੇ ਉੱਤੇ ਜ਼ਿਆਦਾ ਪਾਣੀ ਛੱਡਿਆ ਜਾਵੇ ਖਾਸ ਕਰਕੇ ਹਰਿਆਣੇ ਦਾ ਸਿਰਸਾ ਡਿਸਟ੍ਰਿਕਟ ਜਿਹੜਾ ਹੈਗਾ ਉਹ ਪੂਰੀ ਹਾਈ ਅਲਰਟ 'ਤੇ ਰੱਖਿਆ ਗਿਆ ਹੈ ਗੱਲ ਕਰਦੇ ਹਾਂ ਦਰਸ਼ਕੋ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਹੜੀ ਬਿਜਲੀ ਪ੍ਰੋਬਲਮ ਹੈ ਜਿਹੜੇ ਤਿੰਨ ਚਾਰ ਜਿਹੜੇ ਬਿਜਲੀ ਪਲਾਂਟ ਸੀਗੇ ਉਹਨਾਂ ਨੂੰ ਉਹਨਾਂ ਦਾ ਆਡਿਟ ਕੀਤਾ ਜਾਵੇ ਕਿਉਂਕਿ ਜਿਹੜੇ ਐਗਰੀਮੈਂਟ ਹੋਏ ਸੀਗੇ ਪਿਛਲੀ ਗੌਰਮੈਂਟ ਵੇਲੇ ਉਹ ਵੀ ਬੈਠਿਆਂ ਨੂੰ ਹੀ ਪੈਸੇ ਦਿੱਤੇ ਜਾਣਗੇ ਚਾਹੇ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਨ ਜਾਂ ਨਾ ਕਰਨ ਹੁਣ ਗੱਲ ਇਹ ਥੋੜ੍ਹੇ ਚਿਰ ਪਹਿਲਾਂ ਉੱਭਰ ਕੇ ਆਈ ਹੈ ਜਿਹੜੀ ਉਹ ਇਹ ਹੈ ਕਿ ਜਿਹੜੀ ਕੰਪਨੀ ਆਡਿਟ ਕਰ ਰਹੀ ਉਹ ਕਹਿੰਦੀ ਉਸ ਆਡਿਟ ਦਾ ਕੋਈ ਫਰਕ ਹੀ ਨਹੀਂ ਪੈਣਾ ਕਿਉਂਕਿ ਉਸ ਆਡਿਟ ਦੇ ਵਿੱਚ ਜਿਹੜਾ ਐਗਰੀਮੈਂਟ ਹੈ ਉਹ ਰੱਖਿਆ ਹੀ ਨਹੀਂ ਗਿਆ ਗੱਲ ਸੱਚ ਹੈ ਝੂਠੇ ਤਾਂ ਵਕਤ ਆਉਣ ਵਾਲਾ ਵਕਤ ਕੱਲ੍ਹ ਜਾਂ ਪਰਸੋਂ ਤੱਕ ਕਲੀਅਰ ਹੋ ਜੂਗਾ ਪਰ ਜਿਹੜੇ ਐਗਰੀਮੈਂਟ ਹੈ ਉਹਦੇ ਵਿੱਚ ਰੱਖੇ ਹੀ ਨਹੀਂ ਗਏ ਤਾਂ ਤੁਸੀਂ ਪਨਿਸ਼ਮੈਂਟ ਕਿਹਨੂੰ ਕਿੱਦਾਂ ਦੇ ਸਕਦੇ ਹੋ ਇਹਦੇ ਵਿੱਚ ਹੀ ਉਹਨਾਂ ਨੇ ਖਾਸ ਕਰਕੇ ਜਿਹੜਾ ਨਿਸ਼ਾਨਾ ਰੱਖਿਆ ਤਲਵੰਡੀ ਸਾਬੋ ਵਾਲਾ ਜਿਹੜਾ ਇਲੈਕਟ੍ਰੀਸਿਟੀ ਪਲਾਂਟ ਹੈ ਉਹਦੇ ਉੱਤੇ ਰੱਖਿਆ ਕਿ ਉਹਨੂੰ ਛੇਤੀ ਤੋਂ ਛੇਤੀ ਕਿਉਂਕਿ ਉਹਨਾਂ ਦਾ ਉਹਦਾ ਜਿਹੜਾ ਐਗਰੀਮੈਂਟ ਹੈ ਉਹ ਕਾਫੀ ਮਹਿੰਗਾ ਪੈ ਰਿਹਾ ਪੰਜਾਬ ਨੂੰ ਅੱਗੇ ਚੱਲਦੇ ਹਾਂ ਦਰਸ਼ਕੋ ਕਿ ਫਿਰ ਅੱਜ ਤਿੰਨ ਭੈਣਾਂ ਦਾ ਇਕਲੌਤਾ ਭਰਾ ਮਲੋਟ ਪੰਜਾਬ ਦੇ ਵਿੱਚ ਚਿੱਟੇ ਦੀ ਓਵਰਡੋਜ਼ ਨਾਲ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਮੈਨੂੰ ਨਹੀਂ ਪਤਾ ਇਹ ਕਦੋਂ ਤੱਕ ਇਹ ਆ ਜਿਹੜੀ ਆਪਾਂ ਨੂੰ ਜਿਹੜੀ ਆਹ ਬਿਮਾਰੀ ਹੈ ਆ ਜਿਹੜੀ ਆਪਾਂ ਨੂੰ ਲੱਗ ਗਈ ਹੈ ਇਹ ਐਡਿਕਸ਼ਨ ਇਹ ਕਦੋਂ ਤੱਕ ਇਹ ਆਪਾਂ ਇਹਦੇ ਉੱਤੇ ਨੱਥ ਪਾਵਾਂਗੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ 28 ਸਾਲ ਉਮਰ ਸੀ ਮਲੋਟ ਪੰਜਾਬ ਦੇ ਵਿੱਚ ਪਰਮਾਤਮਾ ਕਰੇ ਅੱਗੇ ਤੋਂ ਇੱਦਾਂ ਦੀ ਮੰਦਭਾਗੀ ਘਟਨਾ ਨਾ ਵਾਪਰੇ ਦਰਸ਼ਕੋ ਇੱਕ ਜਿਹੜੀ ਖੁਸ਼ਖਬਰੀ ਹੈ ਮੈਂ ਜਿੱਦਾਂ ਗੱਲ ਕਰਦਾ ਹੁੰਦਾ 16 ਕਰੋੜ ਦੀ ਆਰਟ ਵਰਕ ਇੰਡੀਆ ਦੇ ਵਿੱਚੋਂ ਸਮਗਲ ਹੋ ਕੇ ਆਸਟ੍ਰੇਲੀਆ ਵਿੱਚ ਵੇਚਿਆ ਗਿਆ ਸੀ ਗੌਰਮੈਂਟ ਕਾਫੀ ਚਿਰਾਂ ਤੋਂ ਇਹਦੇ ਉੱਤੇ ਕੰਮ ਕਰ ਰਹੀ ਸੀ ਤੇ ਉਹਨੂੰ ਵਾਪਸ ਲਿਆਉਣ ਦੀ ਗੱਲ ਕਰ ਰਹੀ ਸੀ ਅੱਜ ਆਸਟ੍ਰੇਲੀਆ ਗੌਰਮੈਂਟ ਨੇ ਕਿਹਾ ਕਿ ਅਸੀਂ ਉਹ ਬੰਦੇ ਫੜ ਲਏ ਨੇ ਤੁਹਾਡਾ ਆਰਟ ਵਰਕ ਜਿਹਦੇ ਵਿੱਚ ਕਾਫੀ ਸੀਨਰੀਆਂ ਸੀ ਕਾਫੀ ਐਡਿੰਗ ਸੀ ਰਾਜੇ ਮਹਾਰਾਜੇ ਦੀਆਂ ਹੋਰ ਜਿਹੜੀਆਂ ਚੀਜ਼ਾਂ ਉਹਨਾਂ ਨੇ ਐਂਟੀਕ ਜਿਹੜੀਆਂ ਆਪਾਂ ਗੱਲਾਂ ਕਰ ਲੈਂਦੇ ਉਹ ਜਿਹੜੀਆਂ ਐਂਟੀਕ ਚੀਜ਼ਾਂ ਸੀ ਵਾਪਸ ਕਰੀਬ ਕਰੀਬ 16 ਕਰੋੜ ਦੀ ਉਹ ਸਮਗਲਿੰਗ ਹੋਈ ਸੀ ਉਹ ਵਾਪਸ ਦਿੱਤੀ ਜਾਊਗੀ ਇੰਡੀਆ ਨੂੰ ਦਰਸ਼ਕ ਇਹ ਚੱਲਦਾ ਰਹਿੰਦਾ ਹੈ ਗੱਲ ਆ ਜਾਂਦੀ ਹੈ ਆਪਾਂ ਜਿਹੜਾ ਮੇਨ ਮੁੱਦਾ ਲੈ ਕੇ ਆਏ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਆਪਾਂ ਮੁੱਦੇ ਚੱਕਦੇ ਰਹਿੰਦੇ ਹਾਂ ਕਿਉਂਕਿ ਉਹ ਭਾਰਤ ਵਰਸ਼ ਵੀ ਸਾਡਾ ਸਰਕਾਰ ਵੀ ਸਾਡੀ ਕਿਸਾਨ ਵੀ ਸਾਡੇ ਜਿਹੜੇ ਵਿਚਾਲੇ ਸ਼ਰਾਰਤੀ ਤੱਤਵ ਸ਼ੈਤਾਨੀਆਂ ਕਰਦੇ ਆ ਉਹ ਕਿਤੇ ਨਾ ਕਿਤੇ ਇਹ ਗੱਲ ਬਣ ਨਹੀਂ ਦੇ ਰਹੇ ਮਾਨਸੂਨ ਸੱਤਰ ਚੱਲ ਰਿਹਾ ਹੈ ਕਿਸਾਨ ਮੋਰੇ ਜੰਤਰ ਮੰਤਰ ਦੇ ਉੱਤੇ ਆਪਦਾ ਸੰਸਦ ਚਲਾ ਰਹੇ ਸ਼ਾਂਤਮਈ ਤਰੀਕੇ ਨਾਲ ਆਪਾਂ ਗੱਲ ਕਰਦੇ ਹਾਂ ਦਰਸ਼ਕੋ ਕਿ ਉਹ ਪਹਿਲਾਂ ਬੜੀ ਹੀ ਸੀਨੀਅਰ ਲੀਡਰ ਨੇ ਭਾਰਤੀ ਜਨਤਾ ਪਾਰਟੀ ਦੇ ਔਰ ਵਕੀਲ ਵੀ ਨੇ ਮੀਨਾਕਸ਼ੀ ਲੇਖੀ ਜੀ ਉਹਨਾਂ ਵੱਲੋਂ ਮਵਾਲੀ ਕਿਹਾ ਜਾਣਾ ਫਿਰ ਸ਼ਬਦ ਵਾਪਸ ਲਏ ਜਾਣੇ ਉਸ ਤੋਂ ਬਾਅਦ ਹਰਿਆਣਾ ਦੇ ਕਿਸੇ ਮਿਨਿਸਟਰ ਵੱਲੋਂ ਕੁਛ ਕਿਹਾ ਜਾਣਾ ਹੱਦ ਤਾਂ ਉਦੋਂ ਟੱਪ ਗਈ ਕਿ ਅੱਜ ਇੱਕ ਕਾਰਟੂਨ ਜਾਰੀ ਕੀਤਾ ਗਿਆ ਯੂਪੀ ਦੇ ਵਿੱਚ ਕਿਸੇ ਸ਼ਰਾਰਤੀ ਤੱਤ ਵੱਲੋਂ ਜਿੱਥੇ ਜਦੋਂ ਰਾਕੇਸ਼ ਟਿਕੈਤ ਨੇ ਕਿਹਾ ਕਿ ਜੇ ਸਾਡੀ ਗੱਲਾਂ ਨਹੀਂ ਮੰਨੀਆਂ ਗਈਆਂ ਤਾਂ ਅਸੀਂ ਉੱਤਰ ਪ੍ਰਦੇਸ਼ ਦੇ ਵਿੱਚ ਇਲੈਕਸ਼ਨ ਦੇ ਵਿੱਚ ਵੀ ਜਾਵਾਂਗੇ ਅਤੇ ਉਹਦੇ ਉੱਤੇ ਬੜਾ ਹੀ ਭੱਦਾ ਕਾਰਟੂਨ ਛਾਪਿਆ ਗਿਆ ਜਿਹਦੇ ਉੱਤੇ ਸਿੱਧੀ ਜਿਹੜੀ ਹੈ ਮਾਨਹਾਨੀ ਦਾ ਕੇਸ ਬਣਦਾ ਜਿਹਨੇ ਬਣਾਇਆ ਕਿਉਂਕਿ ਕਿਸਾਨ ਵੀ ਬੰਦੇ ਨੇ ਉਹ ਅੰਨਦਾਤਾ ਨੇ ਅਗੇਨ ਆਪਾਂ ਚਾਹੁੰਦੇ ਜਿਹੜੇ ਬਾਰ ਬੈਠੇ ਸਾਡਾ ਭਾਰਤ ਵਰਸ਼ ਜਿਹੜਾ ਮਹਾਨ ਹੈ ਤਾਂ ਮਹਾਨ ਰਹੇ
ਗਵਰਨਮੈਂਟ ਵੀ ਆਪਣੀ ਕਿਸਾਨ ਵੀ ਆਪਣੇ ਕਿਸੇ ਨਾ ਕਿਸੇ ਤਰ੍ਹਾਂ ਕੋਈ ਵਿਚਲਾ ਰਸਤਾ ਰਹਿ ਕੇ ਜਿਹੜਾ ਉਹ ਜਿਹੜੀ ਸਿਸਟਮ ਆ ਉਹ ਜਿਹੜਾ ਇਸ਼ੂ ਆ ਉਹ ਫਿਕਸ ਹੋ ਸਕੇ। ਉਸ ਤੋਂ ਬਾਅਦ ਆਪਾਂ ਬਹੁਤ ਗੱਲਾਂ ਕਰਨੀਆਂ ਨੇ ਕਿਸਾਨਾਂ ਦੇ ਉੱਤੇ ਹੋਣ ਵਾਲੇ ਪੰਜਾਬ ਇਲੈਕਸ਼ਨ ਦੇ ਉੱਤੇ। ਐਜ਼ ਆਈ ਪ੍ਰੋਮਿਸ, ਜਿੱਦਾਂ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਬਹੁਤ ਹੀ ਸੀਨੀਅਰ ਲੀਡਰ ਪੂਰਵ ਕੈਬਨਿਟ ਮਿਨਿਸਟਰ ਪੰਜਾਬ ਸਰਕਾਰ ਸ਼੍ਰੀ ਅਨਿਲ ਜੋਸ਼ੀ ਜੀ ਨੂੰ ਤੁਹਾਡੇ ਰੂਬਰੂ ਫਿਰ ਲੈ ਕੇ ਆਵਾਂਗੇ। ਅੱਜ ਗੱਲਾਂ ਘੱਟ ਲਾਵਾਂਗੇ, ਸਿਰਫ ਉਹਨਾਂ ਦੇ ਵਿਚਾਰ ਸੁਣਾਂਗੇ। ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਜੋਸ਼ੀ ਜੀ, ਬਹੁਤ ਬਹੁਤ ਸਵਾਗਤ ਓਪਨ ਪਲੈਟਫਾਰਮ ਪ੍ਰੋਗਰਾਮ 'ਤੇ, ਜਸ ਪੰਜਾਬੀ ਦੇ ਮੰਚ 'ਤੇ। ਹੋਰ ਸੁਣਾਓ, ਕਿੱਦਾਂ ਤੁਸੀਂ? ਠੀਕ ਠਾਕ ਹੋ ਪਿਆਰ ਭਰੀ? ਸਤਿ ਸ਼੍ਰੀ ਅਕਾਲ ਅਤੇ ਜੈ ਸ਼੍ਰੀ ਰਾਮ ਜੀ। ਸਤਿ ਸ਼੍ਰੀ ਅਕਾਲ, ਨਮਸਕਾਰ, ਜੈ ਸ਼੍ਰੀ ਰਾਮ। ਜਸ ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਨਮਸਕਾਰ, ਸਤਿ ਸ਼੍ਰੀ ਅਕਾਲ। ਹੋਰ ਦੱਸੋ, ਸਿਹਤ ਹੁਣ ਕਿੱਦਾਂ? ਠੀਕ ਹੈ ਜੀ ਅੱਗੇ ਨਾਲੋਂ? ਸਿਹਤ ਹਾਂਜੀ ਹਾਂਜੀ ਠੀਕ ਹੈ, ਕੰਫਰਟੇਬਲ ਹੈ। ਬਾਕੀ ਟਾਈਮ ਥੋੜ੍ਹਾ ਜਿਹਾ ਲੱਗਦਾ ਹੈ ਜਦੋਂ ਹੱਡੀਆਂ ਦਾ ਕੰਮ ਹੋਵੇ, ਬਾਕੀ ਠੀਕ ਹੈ, ਕੰਫਰਟੇਬਲ। ਸ਼ੁਕਰੀਆ 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 ਜੋਸ਼ੀ ਜੀ। ਆਪਾਂ ਅੱਜ ਜਿੱਦਾਂ ਲਾਸਟ ਟਾਈਮ ਇੰਟਰਵਿਊ ਕੀਤਾ ਸੀ, ਤੁਸੀਂ ਬੜੀ ਵਧੀਆ ਜਾਣਕਾਰੀ ਦਿੱਤੀ, ਅੱਜ ਤੁਸੀਂ ਖੁੱਲ੍ਹ ਕੇ ਬੋਲਿਓ। ਪਹਿਲਾਂ ਦੱਸੋ, ਜਿਹੜੀ ਆਹ ਗੱਲਾਂ ਇੱਕ ਦੂਜੇ ਨੂੰ ਮਾੜਾ ਚੰਗਾ ਕਿਹਾ ਜਾਣਾ, ਮੇਰੇ ਤੇ ਤੁਹਾਡੇ ਮਤਭੇਦ ਹੈ ਕਿ ਕੋਈ ਤੀਸਰਾ ਬੰਦਾ ਆ ਕੇ ਮੈਨੂੰ ਮਾੜਾ ਕਹਿ ਦੇ ਜਾਂ ਤੁਹਾਨੂੰ ਮਾੜਾ ਕਹਿ ਦੇ, ਆਪਣੀਆਂ ਦੂਰੀਆਂ ਤਾਂ ਵਧੂਗੀਆਂ ਨਾ। ਹੁਣ ਸਰਕਾਰਾਂ ਅਤੇ ਸਰਕਾਰ ਅਤੇ ਕਿਸਾਨਾਂ ਦੇ ਵਿੱਚ ਜਿਹੜਾ ਇਸ਼ੂ ਚੱਲ ਰਿਹਾ, ਹਰ ਜ਼ਿੰਮੇਵਾਰ ਨਾਗਰਿਕ ਉਸ ਦੇਸ਼ ਦਾ ਚਾਹੁੰਦਾ ਹੈ ਕਿ ਇਹ ਕੰਮ ਬਹੁਤ ਲੰਮਾ ਚੱਲ ਗਿਆ, ਹਰ ਚੀਜ਼ ਨੂੰ ਨੁਕਸਾਨ ਹੋ ਰਿਹਾ। ਈਵਨ ਸਰਕਾਰ ਮੰਨੇ ਜਾਂ ਨਾ ਮੰਨੇ, ਉਹਨਾਂ ਨੂੰ ਵੀ ਨੁਕਸਾਨ ਹੋ ਰਿਹਾ, ਉਹਨਾਂ ਦੀ ਛਵੀ ਨੂੰ, ਦੇਸ਼ ਦੀ ਛਵੀ ਨੂੰ ਨੁਕਸਾਨ ਹੋ ਰਿਹਾ। ਅਸੀਂ ਚਾਹੁੰਦੇ ਕਿ ਵਿਚਲਾ ਰਸਤਾ ਨਿਕਲੇ, ਜਿਹੜਾ ਮਵਾਲੀ ਵਰਡ ਕਿਹਾ ਜਾਣਾ, ਉਸ ਤੋਂ ਬਾਅਦ ਜਿਹੜਾ ਕਾਰਟੂਨ ਛਾਪਿਆ ਜਾਣਾ। ਤੁਸੀਂ ਮੈਨੂੰ ਇਹ ਦੱਸੋ ਕਿ ਆਹ ਚੀਜ਼ਾਂ ਸਰਕਾਰ ਨੂੰ ਅਤੇ ਕਿਸਾਨਾਂ ਨੂੰ ਜਾਂ ਜਥੇਬੰਦੀਆਂ ਨੂੰ ਦੂਰ ਨਹੀਂ ਲੈ ਕੇ ਜਾ ਰਹੀਆਂ? ਬਿਲਕੁਲ ਗੁਰਲਾਲ ਜੀ, ਮੈਂ ਪਹਿਲਾਂ ਵੀ ਜਦੋਂ ਹਰਜੀਤ ਗਰੇਵਾਲ ਇੱਥੇ ਪੰਜਾਬ ਦੇ ਵਿੱਚ, ਮੈਨੂੰ ਨਹੀਂ ਪਤਾ ਕਿੰਨੇ ਅਥਾਰਿਟੀ ਦੇ, ਕਿਹੜਾ ਇਹਨਾਂ ਲੀਡਰਾਂ ਨੂੰ ਅਥਾਰਿਟੀ ਦਿੰਦਾ ਵੀ ਤੁਸੀਂ ਜਾ ਕੇ ਅਤੇ ਪ੍ਰੈਸ ਦੇ ਵਿੱਚ ਇਹੋ ਜਿਹੀਆਂ ਗੱਲਾਂ ਕਰੋ। ਕਿਉਂਕਿ ਸਰਕਾਰ ਵੱਲੋਂ ਤਾਂ ਕੋਈ ਜ਼ਿੰਮੇਵਾਰ ਕੋਈ ਮਿਨਿਸਟਰ ਆ ਜਾਂ ਉਹਨਾਂ ਨੇ ਇਹ ਪਹਿਲੀ ਵਾਰੀ ਮਨਾਕਸ਼ੀ ਲਿਖੀ ਜਿਹਦਾ ਜਿਹੜਾ ਇਹ ਆਇਆ ਕਿ ਮਵਾਲੀ ਕਿਸਾਨਾਂ ਬਾਰੇ, ਫਿਰ ਉਹਨਾਂ ਨੇ ਉਹ ਸ਼ਬਦ ਵਾਪਸ ਲਿਆ ਅਤੇ ਨਾਲ ਇਹ ਕਿਹਾ ਕਿ ਮੈਂ ਅਤੇ ਉਹ ਜਿਹੜੇ ਸ਼ਰਾਰਤੀ ਆ ਕਿਸਾਨ ਅਤੇ ਜਿਹੜੇ ਆ ਉਹ ਖੇਤਾਂ 'ਚ ਬੈਠੇ ਕੰਮ ਕਰਦੇ ਆ, ਜਿਹੜੇ ਸ਼ਰਾਰਤੀ ਅਨਸਰ ਆ, ਜਿਹੜੇ ਇਹੋ ਜਿਹਾ ਵਾਤਾਵਰਨ ਬਣਾ ਰਹੇ ਆ ਖਿਚਾਅ ਦਾ, ਉਹਨਾਂ ਨੂੰ ਬਾਰੇ ਕਿਹਾ। ਪਰ ਇਹ ਵਾਪਸ ਲੈਣਾ, ਗੱਲ ਕਹਿ ਦੇਣਾ, ਇਹ ਤਾਂ ਰਾਜਨੀਤੀ ਦਾ ਇੱਕ ਸ਼ੁਰੂ ਤੋਂ ਹਿੱਸਾ ਵਾ, ਪਰ ਜਿਹੜੀ ਗੱਲ ਕਹੀ ਜਾਵੇ ਉਹ ਤਾਂ ਜਿਹੜੀ ਆ ਨਾ ਆਪਣਾ ਕੰਮ ਕਰ ਜਾਂਦੀ ਆ। ਹਾਂਜੀ, ਪਹਿਲਾਂ ਵੇਖੋ ਗੱਲ ਇਹ ਆ ਵੀ ਕਿ ਕੋਈ ਜ਼ਹਿਰ ਖਾ ਲਏ ਅਤੇ ਉਸ ਤੋਂ ਬਾਅਦ ਜਿੰਨੀਆਂ ਮਰਜ਼ੀ ਦਵਾਈਆਂ ਕਰੀਏ, ਜ਼ਹਿਰ ਤਾਂ ਇੱਕ ਵਾਰੀ ਆਪਣਾ ਜਿਹੜਾ ਨਾ ਉਹ ਅਸਰ ਕਰ ਜਾਂਦਾ, ਉਹਦੀ ਰਿਪੇਅਰ ਜਿਹੜੀ ਦਵਾਈਆਂ ਕਿੰਨੀਆਂ ਕਰ ਪਾਉਂਦੀਆਂ ਅਤੇ ਕਿੱਥੇ ਕਿੰਨਾ ਕੁ ਬਚਾਅ ਉਹਦੇ ਨਾਲ ਹੁੰਦਾ, ਇਹ ਬਾਅਦ ਦੀ ਗੱਲ ਹੁੰਦੀ ਆ। ਇਸ ਕਰਕੇ ਇਹ ਜਦੋਂ ਮੈਂ ਤੁਹਾਨੂੰ ਦੱਸਿਆ ਨਾ ਹਰਜੀਤ ਗਰੇਵਾਲ ਜੀ ਜਿਹੜੀ ਭਾਸ਼ਾ ਬੋਲਦੇ ਸੀ ਉਹਦੇ ਨਾਲ ਵੀ ਦੂਰ ਹੋਏ, ਇਹ ਜਿੰਨਾ ਇੱਥੇ ਵਾਤਾਵਰਨ ਪੰਜਾਬ ਦੇ ਵਿੱਚ ਬੀਜੇਪੀ ਦੇ, ਹੁਣ ਮੈਂ ਸਾਡੇ ਤਾਂ ਫਿਰ ਨਿਕਲ ਜਾਂਦਾ ਲੰਬਾ ਸਮਾਂ ਜਿਸ ਪਾਰਟੀ 'ਚ ਕੰਮ ਕੀਤਾ ਹੋਵੇ, ਵੀ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵਰਕਰਾਂ ਦੇ ਨਾਲ ਮਾਰਕੁੱਟ ਹੋਈ ਜਾਂ ਜੋ ਕੁਛ ਹੋਇਆ ਉਹਦੇ 'ਚ, ਮੈਂ ਅੱਗੇ ਵੀ ਕਿਹਾ ਸੀ 80% ਜਿਹੜਾ ਹਿੱਸਾ ਨਾ ਇਸ ਬੋਲੀ ਦਾ ਵਾ ਜੀ। ਇੰਨੀ ਕਟੂ ਭਾਸ਼ਾ, ਇੰਨੇ ਮਾੜੇ ਲਫ਼ਜ਼, ਆਤੰਕਵਾਦੀ ਤੱਕ, ਫਿਰ ਆਪਣਾ ਨਕਸਲਾਈਟ, ਕਾਮਰੇਡ, ਸਾਰੇ ਜੋ ਵੀ ਆ ਇਹਨਾਂ ਨੇ ਭਾਸ਼ਾ ਯੂਜ਼ ਕੀਤੀ ਅਤੇ ਨਾਲ ਸਿੱਧਾ ਸਿੱਧਾ ਇੱਕ ਚੈਲੰਜ, ਇੱਕ ਪਾਸੇ ਗੱਲ ਚੱਲਦੀ ਹੋਣੀ ਕਿਸਾਨਾਂ ਦੇ ਨਾਲ ਅਤੇ ਦੂਜੇ ਪਾਸੇ ਉੱਥੇ ਬਹਿ ਕੇ ਮੀਡੀਆ ਦੇ ਵਿੱਚ ਇਹ ਕਹਿ ਦੇਣਾ ਵੀ ਕੋਈ ਵਾਪਸ ਵੂਪਸ ਨਹੀਂ ਹੋਣੇ, ਜੋ ਮਰਜ਼ੀ ਕਰ ਲੈਣ, ਫਿਰ ਉੱਥੇ ਗੱਲਬਾਤ ਦਾ ਕੀ ਮੁੱਦ ਰਹਿ ਜਾਂਦਾ ਅਸਰ? ਜਦੋਂ ਕਿਸਾਨ ਆਸ ਲੈ ਕੇ ਜਾਂਦੇ ਆ ਵੀ ਅਸੀਂ ਆਪਣੀ ਵੱਧ ਤੋਂ ਵੱਧ ਗੱਲ ਕਰਕੇ ਆਉਣੀ ਆ, ਅਸੀਂ ਕਨਵਿੰਸ ਕਰਨਾ ਉਹਨਾਂ ਨੂੰ, ਅਤੇ ਉਹਦੇ ਵਿੱਚ ਇੱਕ ਬੰਦਾ ਜਿਹੜਾ ਵਾ ਇਹੋ ਜਿਹੀ ਸ਼ੁਰਲੀ ਛੱਡਦਾ ਪਿਆ, ਇਹ ਜੋ ਮਰਜ਼ੀ ਕਰ ਲੈਣ, ਕੋਈ ਵਾਪਸ ਵੂਪਸ ਨਹੀਂ ਹੋਣੇ, ਕੋਈ ਸੋਧ ਕਰਾਉਣੀ ਤਾਂ ਕਰਾ ਲੈਣ, ਜਿੱਤਣਾ ਕੋਈ ਸਹਾਨ ਕਰਨਾ ਹੁੰਦਾ। ਕਿਉਂਕਿ ਸਰਕਾਰਾਂ ਵੀ ਲੋਕਾਂ ਨੇ ਚੁਣੀਆਂ, ਇਹਨਾਂ ਕਿਸਾਨਾਂ ਨੇ, ਇਹਨਾਂ ਲੋਕਾਂ ਨੇ ਸਰਕਾਰਾਂ ਬਣਾਈਆਂ, ਅਤੇ ਸਰਕਾਰ ਜਿਹੜੀ ਆ ਉਹਦੀ ਜ਼ਿੰਮੇਵਾਰੀ ਆ ਵੀ ਉਹ ਜੋ ਲੋਕਾਂ ਦੀਆਂ ਗ੍ਰੀਵੈਂਸਿਸ ਆ ਉਹਨੂੰ ਦੂਰ ਕਰੇ, ਅਤੇ ਉਹ ਕੋਸ਼ਿਸ਼ ਜਿਹੜੀ ਆ ਉਹਦੇ 'ਚ ਜਿਹੜੇ ਸਾਈਡ ਤੋਂ ਜਿਹੜੇ ਆ ਨਾ ਉਹ ਜੇ ਵਾਅਦਾ ਪਹੁੰਚਾਉਂਦੇ ਆ ਅਤੇ ਉਹਨਾਂ ਦਾ ਆਪਣਾ ਮੋਟਿਵ ਹੁੰਦਾ ਇਹਨਾਂ ਦਾ। ਪਰ ਮੀਨਾਕਸ਼ੀ ਲੇਖੀ ਇੱਕ ਐਡਵੋਕੇਟ ਆ, ਸੀਨੀਅਰ, ਉਹ ਮਤਲਬ ਪਾਰਲੀਮੈਂਟ ਮੈਂਬਰ ਦੋ ਵਾਰੀ ਰਹੇ ਆ, ਮਿਨਿਸਟਰ ਬਣੇ ਆ, ਮੈਨੂੰ ਇਹ ਆਸ ਉਹਨਾਂ ਤੋਂ ਨਹੀਂ ਸੀ ਕਿ ਉਹ ਇਹੋ ਜਿਹਾ ਲਫ਼ਜ਼ ਵਰਤਦੇ, ਪਰ ਨੈਚੁਰਲ ਆ, ਇਹਦੇ ਨਾਲ ਦੂਰੀਆਂ ਵੱਧਦੀਆਂ ਵਾ, ਅਖਬਾਰਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਆਉਂਦੀਆਂ ਵਾ, ਇਹ ਇਤਿਹਾਸ ਦੇ ਵਿੱਚ ਇਹ ਗੱਲਾਂ ਲਿਖੀਆਂ ਜਾਂਦੀਆਂ, ਇਹ ਮਿਟਦੀਆਂ ਨਹੀਂ ਆ। ਜੀ 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 ਅੰਦਰ ਦਿਆ ਵੀ ਜਿਹੜਾ ਕਿਰਪਾਨ ਦਾ ਜਾਂ ਕਿਸੇ ਹਥਿਆਰ ਦਾ ਜ਼ਖਮ ਭਰ ਜਾਂਦਾ ਵਾ, ਜ਼ਬਾਨ ਦਾ ਜ਼ਖਮ ਜਿਹੜਾ ਵਾ ਨਾ ਜੀ, ਉਹ ਬਹੁਤ ਲੰਬਾ ਚਿਰ ਅਸਰ ਕਰਦਾ, ਉਹ ਭਰਦਾ ਨਹੀਂ ਗਾ, ਫਿਰ ਉਹ ਗੱਲ ਜਿਹੜੀ ਇਤਿਹਾਸ ਦੇ ਵਿੱਚ ਉੱਕਰ ਜਾਂਦੀ ਹੈ, ਲਿਖੀ ਜਾਂਦੀ ਆ। ਇਸ ਕਰਕੇ ਮੈਂ ਇਹੀ ਇਹਨਾਂ ਨੂੰ ਮੈਂ ਰਿਕੁਐਸਟ ਕਰੂੰਗਾ ਲੀਡਰਾਂ ਨੂੰ ਵੀ ਇਹ ਮੁੱਦਾ ਇੰਨਾ ਕੁ ਲੰਬਾ ਚਲੇ ਗਿਆ, ਇਹਦੇ ਅਸਰ ਗੰਭੀਰ। ਹੁਣ ਤੁਸੀਂ ਦੇਖੋ ਜਿਹੜੀ ਪਾਰਲੀਮੈਂਟ, ਤੁਸੀਂ ਗੱਲ ਕੀਤੀ ਪਾਰਲੀਮੈਂਟ ਦੀ ਵੀ, ਕਿਸਾਨਾਂ ਨੇ
ਬਰਾਬਰ ਪਾਰਲੀਮੈਂਟ ਲਾਈ ਆ, ਉਹਨਾਂ ਦਾ ਲੋਕਤੰਤਰੀ ਅਧਿਕਾਰ ਆ, ਜੀ ਉਹ ਉਹਨੂੰ ਯੂਜ਼ ਕਰ ਰਹੇ ਆ, ਉਹ ਆਪਣੇ ਲੋਕਤੰਤਰ ਦੇ ਉਸ ਅਧਿਕਾਰ ਨੂੰ ਯੂਜ਼ ਕਰਕੇ ਉਹ ਉੱਥੇ ਕਰ ਰਿਹਾ ਤੇ ਸ਼ਾਂਤਮਈ ਕਰ ਰਿਹਾ। ਪਰ ਜਿਹੜੀ ਦੁਨੀਆ ਭਰ ਦੇ ਵਿੱਚ ਇਹ ਜਿਹੜੀ ਇਸ ਵੇਲੇ, ਕਿਉਂਕਿ ਦਿੱਲੀ 'ਚ ਜਿਹੜਾ ਵੀ ਪ੍ਰੋਗਰਾਮ ਹੋਣਾ, ਜਿਹੜੀ ਇਹੋ ਜਿਹੀ ਐਕਟੀਵਿਟੀ ਹੋਣੀ ਆ ਨਾ, ਉਹ ਪੂਰੀ ਦੁਨੀਆ ਦੇ ਵਿੱਚ ਛਾਇਆ ਹੋਣੀ ਆ, ਪੂਰੀ ਦੁਨੀਆ ਦੇ ਵਿੱਚ ਇਹ ਜਿਹੜੀ ਆ ਮੀਡੀਆ ਰਾਹੀਂ ਜਾਣੀ ਆ, ਤੇ ਪੂਰੀ ਦੁਨੀਆ ਦੇ ਵਿੱਚ ਇਹ ਬੜੇ, ਕਿਉਂਕਿ ਇਹ ਇੰਨਾ ਕੁ ਲੰਬਾ ਹੋ ਗਿਆ, ਤਕਰੀਬਨ ਸਾਲ ਦੇ ਕਰੀਬ ਹੋ ਗਿਆ, ਜੀ 8 ਮਹੀਨੇ ਇੱਥੇ ਹੋ ਗਏ ਤੇ 3 ਮਹੀਨੇ, 11 ਮਹੀਨੇ ਤੇ ਹੋ ਗਏ, ਤੇ ਵਰ੍ਹੇਗੰਢ ਵੀ ਪਤਾ ਨਹੀਂ ਕਦੋਂ ਆ ਜਾਣੀ ਹੈ, ਹੋਰ ਮਹੀਨੇ 10 ਦਿਨਾਂ ਨੂੰ ਇਹਦੀ ਵੀ, ਸਾਲ ਹੋ ਗਿਆ ਇਸ ਐਜੀਟੇਸ਼ਨ ਨੂੰ। ਤੇ ਇਹ ਅੱਗੇ ਹੀ ਲੋਕਾਂ ਦਾ ਧਿਆਨ ਸਿਰਫ ਪੰਜਾਬੀਆਂ ਦਾ ਨਹੀਂ, ਕਿਉਂਕਿ ਪੰਜਾਬ ਤੋਂ ਜਾਂ ਦੇਸ਼ ਵਾਸੀਆਂ ਦਾ ਨਹੀਂ ਜਿਹੜੇ NRI ਦੇ ਰੂਪ 'ਚ ਬਾਹਰ ਬੈਠੇ ਆ, ਪੂਰੇ ਦੁਨੀਆ ਦੇ ਜਿਹੜੇ ਬੁੱਧੀਜੀਵੀ ਆ, ਪੋਲੀਟੀਸ਼ਨ ਆ, ਉਹਨਾਂ ਦਾ ਧਿਆਨ ਵੀ ਆ ਵੀ ਇਹ ਇੰਨਾ ਲੰਬਾ ਜਿਹੜਾ ਵਾ ਇਹ ਕਿਉਂ। ਕਿਸਾਨ ਜਿਹਨੂੰ ਆਉਂਦਾ ਤਾ, ਜਿਹਨੇ ਇਸ ਹਿੰਦੁਸਤਾਨ ਦੇ ਵਿੱਚ ਕਿਸਾਨੀ ਸਭ ਤੋਂ ਵੱਡੀ ਜਿਹੜੀ ਆ ਨਾ ਉਹ GDP ਦੇ ਵਿੱਚ ਹਿੱਸਾ ਉਹਦਾ ਹੀ ਆ, ਤੇ ਉਹਨਾਂ ਲੋਕਾਂ ਨੂੰ ਜਿਹੜੇ ਪੈਦਾਵਾਰ ਕਰਦੇ ਮਿੱਟੀ ਨਾਲ ਮਿੱਟੀ ਹੁੰਦੇ ਆ, ਇਹਨਾਂ ਦੀ ਗੱਲ ਕਿਉਂ ਨਹੀਂ ਸੁਣੀ ਜਾ ਰਹੀ? ਉਹਨਾਂ ਨੂੰ ਇਹ ਨਹੀਂ ਪਤਾ ਵਿਚਲੀ ਗੱਲ ਕੀ ਹੋਊਗੀ ਜਾਂ ਕੀ ਉਹ ਚਾਹੁੰਦੇ ਆ ਜਾਂ ਸਰਕਾਰ ਕੀ ਕਹਿੰਦੀ ਆ। ਜੀ ਉਹਨਾਂ ਨੂੰ ਇਹ ਆ ਵੀ ਇਹ ਮਸਲਾ ਐਡਾ ਵੱਡਾ ਹੋ ਗਿਆ ਵੀ ਹਿੰਦੁਸਤਾਨ ਦੀ ਸਰਕਾਰ ਇੰਨੀ ਅਕਸ਼ਮ ਹੋ ਗਈ ਵੀ ਉਹਦੇ ਕੋਲ ਇਹ ਮਸਲਾ ਨਹੀਂ ਹੱਲ ਹੋ ਰਿਹਾ ਹੈ ਨਾ। ਇੰਨੇ ਵੱਡੇ ਵੱਡੇ ਜਿਹੜੇ ਆ ਮੋਦੀ ਸਾਹਿਬ ਗਏ ਦੁਨੀਆ ਭਰ ਦੇ ਦੇਸ਼ਾਂ 'ਚ, ਜਿਹੜੇ ਸਾਡੇ ਮਾੜੇ ਮੋਟ ਸਾਡੇ ਤੋਂ ਦੂਰ ਸੀ ਉਹਨਾਂ ਨੂੰ ਵੀ ਨੇੜੇ ਲੈਣ ਦਾ, ਤੇ ਆਪਣੇ ਲੋਕ ਸੜਕਾਂ 'ਤੇ ਬੈਠੇ ਆ ਉਹਨਾਂ ਨੂੰ ਅਸੀਂ ਨੇੜੇ ਲਿਆਉਣ 'ਚ ਨਾਕਾਮ ਜਾਂ ਨਾਕਾਮੀ, ਇਹ ਸਰਕਾਰਾਂ ਦੀ ਨਾਕਾਮੀ ਹੁੰਦੀ ਆ। ਮੈਂ ਇਹਦੇ 'ਚ ਇਹ ਨਹੀਂ ਕਹੂੰਗਾ ਵੀ ਸਰਕਾਰ ਦੀ ਬੜੀ ਬੜਾ ਤਕੜਾ ਸਟੈਂਡ ਆ ਜੀ, ਲੋਕ ਧੱਕੇ ਖਾ ਰਹੇ ਆ, ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕ ਆਵਾਜਾਈ ਹੋ ਗਈ ਹੈ, ਇੱਥੇ ਲੱਖਾਂ ਗਏ ਤੇ ਆਵਾਜਾਈ ਪਾ ਕੇ ਪਤਾ ਨਹੀਂ ਕਿੰਨੇ ਕਰੋੜ ਲੋਕ ਹੋ ਗਏ ਨੇ ਜਿਹੜੇ ਉੱਥੇ ਇਹਨਾਂ ਧਰਨਿਆਂ ਦੇ ਵਿੱਚ ਸ਼ਾਮਿਲ ਹੋ ਕੇ ਤੇ ਇਹਨਾਂ ਐਕਟੀਵਿਟੀ ਦੇ ਵਿੱਚ। ਤੇ ਇੱਥੇ ਮੈਂ ਵੇਖਦਾ ਚੰਡੀਗੜ੍ਹ, ਮੋਹਾਲੀ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਹਰ ਚੌਂਕ ਦੇ ਵਿੱਚ ਆਮ ਨਾਗਰਿਕ ਜਿਹੜੇ ਆ ਘਰਾਂ ਦੇ ਵਿੱਚ ਨੌਕਰੀ ਪੇਸ਼ਾ, ਲੇਡੀਜ਼ ਬੱਚੇ ਝੰਡੇ ਫੜ ਕੇ ਤੇ ਹਰ ਚੌਂਕ ਦੇ ਵਿੱਚ ਕਿੰਨੀ ਕਿੰਨੀ ਗਿਣਤੀ ਦੇ ਵਿੱਚ ਲਹਿਰਾ ਰਹੇ ਆ। ਤੇ ਇਹ ਤੋਂ ਟੈਂਪਰਾਮੈਂਟ ਪਤਾ ਨਹੀਂ ਲੱਗਦਾ ਵੀ ਲੋਕਾਂ ਦੇ ਵਿੱਚ ਕੀ ਕਿੰਨਾ ਗੁੱਸਾ, ਲੋਕੀ ਕੀ ਫੀਲ ਅੰਦਰੋਂ ਕਰਦੇ ਪਏ ਆ। ਇਹ ਸਰਕਾਰਾਂ ਨੂੰ ਇਹ ਚੀਜ਼ਾਂ ਦੀ ਫੀਡਬੈਕ। ਜੀ ਜੀ ਇਹ ਇਕੱਲਾ ਉੱਥੇ ਨਹੀਂ, ਤੁਸੀਂ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਹਾਂਜੀ ਹਾਂਜੀ, ਮੈਂ ਬਰਫਾਂ ਪੈਂਦੀਆਂ 'ਚ ਲੋਕਾਂ ਨੇ ਰੂਟੀਨ ਬਣਾਇਆ ਕਿ ਮੈਂ ਘੰਟਾ ਖੜਨਾ ਹੈ, 2 ਘੰਟੇ ਆਪਦੇ ਕੰਮ ਤੋਂ ਆ ਕੇ। ਨਿਊਯਾਰਕ ਇੱਕ ਦਿਨ ਵੇਖਿਆ ਜੀ, ਨਿਊਯਾਰਕ ਮੇਰਾ ਖਿਆਲ ਉਹ ਮੈਡੀਸਨ ਸਕੁਏਅਰ ਆ ਜਾਂ ਟਾਈਮ ਆਪਣਾ ਸਕੁਏਅਰ ਜਿਹੜਾ ਜੀ, ਹਾਂਜੀ ਹਾਂਜੀ ਟਾਈਮ ਸਕੁਏਅਰ, ਹਾਂਜੀ, ਉੱਥੇ ਰਾਤ ਉਹਨਾਂ ਗੁਜ਼ਾਰੀ, ਮੰਜੇ ਡਾਏ ਆ, ਮੰਜੇ ਡਾਏ, ਝੰਡੇ ਡਾਏ ਜਾ ਰਹੇ ਆ, ਇਹੋ ਜਿਹਾ ਹੀ ਵਾਤਾਵਰਨ ਪਿੰਡਾਂ ਵਾਲਾ ਬਣਾ ਕੇ ਉਹਨਾਂ ਨੇ ਰਾਤ ਉੱਥੇ ਸਾਰਾ। ਇਹ ਚੀਜ਼ ਜਿਹੜੀ ਆ ਨਾ ਜੀ, ਇਹ ਕਿਉਂ ਨਹੀਂ ਫੀਲ ਕਰ ਰਹੇ ਸਰਕਾਰ, ਕਿਉਂ ਇਸ ਮੁੱਦੇ ਨੂੰ ਇੰਨਾ ਲੰਬਾ ਕਰਤਾ, ਇਹ ਮੇਰੀ ਸਮਝੋਂ ਬਾਹਰ ਆ। ਇਹੀ ਗੱਲ ਕਹਿੰਦਾ ਕਹਿੰਦਾ ਮੈਂ, ਮਤਲਬ ਜਿਹੜਾ ਵਾ ਮੇਰੀ ਛੁੱਟੀ ਕਰਤੀ ਇਹਨਾਂ ਨੇ। ਪਰ ਇੱਥੋਂ ਜਿਹੜੇ ਪੰਜਾਬ ਦੀ BJP ਵੀ ਆ ਜਿਹੜੀ, ਇਹਨਾਂ ਨੇ ਕੋਈ ਪ੍ਰੈਸ਼ਰ ਬਣਾਇਆ ਹੀ ਨਹੀਂ, ਇਹਨਾਂ ਨੇ ਮਨ ਦੀ ਗੱਲ ਆਪਣੀ ਜ਼ਰੂਰ ਸਹੀ ਜ਼ਰੂਰ ਕੀਤੀ ਗੱਲ ਕਰਦੇ ਜੋਸ਼ੀ ਜੀ। ਇੱਕ ਚੀਜ਼ ਤੁਸੀਂ ਆਪਦੀ ਸੀਨੀਅਰ ਲੀਡਰ, ਦੇਖੋ ਪਾਰਟੀ 'ਚ ਆਉਣਾ ਜਾਣਾ ਚੱਲਿਆ, ਨਾਰਾਜ਼ਗੀਆਂ ਹੋ ਜਾਂਦੀਆਂ, ਪਰ ਕਨੈਕਸ਼ਨ ਤਾਂ ਹੁੰਦੇ ਆ ਸੀਨੀਅਰ ਲੀਡਰਸ਼ਿਪ ਨੂੰ ਜਾਂ ਇਹਨਾਂ ਨੂੰ, ਕਿਉਂਕਿ ਮੁੱਛ ਦਾ ਸਵਾਲ ਨਾ ਬਣੇ, ਇਹ ਇਹ 'ਚ ਘਾਟਾ ਜਾਂ ਬੇਇੱਜ਼ਤੀ ਕਿਸੇ ਦੀ ਨਹੀਂ ਹੈ, ਸਾਰਿਆਂ ਦਾ ਫਾਇਦਾ ਹੀ ਫਾਇਦਾ। ਜੇ ਕੋਈ ਰਾਹ ਨਿਕਲੇ ਆਉਂਦਾ, ਸਰਕਾਰ ਵੀ ਬੜੱਪਣ ਨਾਲ ਜਾਊਗੀ ਤੇ ਜਿਹੜੇ ਕਿਸਾਨ ਵੀ ਉਹਨਾਂ ਕੋਲ ਕੁਝ ਕੁਝ ਆਪਦੇ ਘਰੇ ਆ ਜਾਣਗੇ। ਮੈਂ ਬਹੁਤ ਸਾਰੀਆਂ ਇੰਟਰਵਿਊ ਦੇ ਵਿੱਚ ਕਈ ਗੱਲ ਹੈ ਵੀ ਮਾਂ ਪਿਓ ਸਰਕਾਰ ਹੁੰਦੇ ਆ, ਮਾਈ ਬਾਪ ਹੁੰਦੇ, ਸਰਕਾਰ ਦੀ ਪਿੱਠ ਨਹੀਂ ਕਦੀ ਲੱਗਦੀ। ਇਹ ਮੈਂ ਅੱਗੇ ਵੀ ਪਹਿਲਾਂ ਵੀ ਕਹਿ ਚੁੱਕਾ ਵਾਂ ਵੀ ਬੱਚਾ ਜਿੱਦ ਕਰ ਲੇ ਤੇ ਅਖੀਰ ਜਿੱਦ ਪੁੱਗਦੀ ਆ ਉਹਦੀ, ਮਾਂ ਪਿਓ ਨੂੰ ਉਹ ਚੀਜ਼ ਲੈ ਕੇ ਦਿੰਦੇ ਆ ਭਾਵੇਂ ਉਹਨਾਂ ਨੂੰ ਲੱਗਦਾ ਵੀ ਇਹਦਾ ਨੁਕਸਾਨ ਹੋ ਜਾਣਾ, ਪਰ ਉਹ ਇਹ ਨਹੀਂ ਕਦੀ ਵੀ ਫੀਲ ਕਰਦੇ, ਫਿਰ ਵੀ ਪ੍ਰਾਊਡ ਹੀ ਫੀਲ ਕਰਦੇ, ਚਲੋ ਬੱਚਾ ਖੁਸ਼ ਕਰ ਲਿਆ ਹੈ। ਜੀ 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 ਉਹ ਪਿੱਠ ਕਦੀ ਨਹੀਂ ਮਾਂ ਪਿਓ। ਹਾਂਜੀ ਆ ਬਹੁਤ ਸੋਹਣਾ ਤੁਸੀਂ ਕਿਹਾ, ਸਰਕਾਰਾਂ ਮਾਈ ਬਾਪ ਹੁੰਦੀਆਂ। ਆਪਾਂ ਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਆਪਾਂ ਇਸੇ ਮੁੱਦੇ 'ਤੇ ਅੱਗੇ ਵੱਧਦੇ ਹਾਂ। ਦਰਸ਼ਕੋ ਸਾਡੇ ਨਾਲ ਜੁੜੇ ਹੋਏ ਨੇ ਮਾਣਯੋਗ ਅਨਿਲ ਜੋਸ਼ੀ ਜੀ, ਬੜੇ ਸੀਨੀਅਰ ਲੀਡਰ ਨੇ, ਪੰਜਾਬ ਦੀ ਰਾਜਨੀਤੀ ਨੂੰ ਬੜੀ ਕੋਖ ਅੱਖ ਰੱਖਦੇ ਨੇ। ਆਪਾਂ ਨੂੰ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ, ਇੱਦਾਂ ਬਣੇ ਰਹੋ ਜਸ ਪੰਜਾਬੀ। ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ। ਮੈਂ ਤੁਹਾਡਾ ਗੁਰਲਾਲ ਹਾਜ਼ਰ ਹੁਣਾਂ ਟਿਊਜ਼ਡੇ, ਵੈਂਸਡੇ, ਥਰਸਡੇ ਸ਼ਾਮ ਨੂੰ 9 ਵਜੇ ਪੈਸੀਫਿਕ ਟਾਈਮ ਸਾਡੇ ਕੈਲੀਫੋਰਨੀਆ ਸਟੂਡੀਓ ਤੋਂ। ਦਰਸ਼ਕੋ ਇਵੈਂਟਸ ਕਾਫੀ ਖੁੱਲ ਗਏ ਨੇ, ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਬਿਜ਼ਨਸ 'ਚ ਵਾਧਾ ਹੋਵੇ, ਸਾਡੇ ਨਾਲ ਜ਼ਰੂਰ ਕੰਟੈਕਟ ਕਰੋ, info@justbroadcasting.com ਜਾਂ ਫਿਰ 209-400-5333 'ਤੇ ਸੰਪਰਕ ਕਰ ਸਕਦੇ ਹੋ। ਆਪਣੇ ਨਾਲ ਬੜੇ ਹੋਏ ਨੇ ਮਾਣਯੋਗ ਅਨਿਲ ਜੋਸ਼ੀ ਜੀ। ਜੋਸ਼ੀ ਜੀ ਸਵਾਗਤ ਤੁਹਾਡਾ ਬ੍ਰੇਕ ਤੋਂ ਬਾਅਦ। ਜੋਸ਼ੀ ਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਜੀ, ਆਪਾਂ ਗੱਲ ਕਰ ਰਹੇ ਸੀ ਉਹ ਕਾਰਟੂਨਾਂ ਬਾਰੇ ਵੀ ਹੋਊਗੀ, ਆਪਾਂ ਫਿਰ ਉਸ ਬਾਰੇ ਗੱਲ ਕਰਾਂਗੇ।
ਇਹ ਗੱਲ ਕਿਸੇ ਨੂੰ ਲੱਗਦੀ ਨਹੀਂ ਨਜ਼ਰ ਆ ਰਹੀ, ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਵੀ ਹੋ ਰਿਹਾ, ਥੋੜ੍ਹੀ ਬਹੁਤ ਬਦਨਾਮੀ ਵੀ ਹੋ ਰਹੀ ਹੈ। ਕਿਸੇ ਅਸੀਂ ਨਹੀਂ ਚਾਹੁੰਦੇ 100% ਇਹਦੀ ਮੰਨੀ ਜਾਵੇ, 100% ਉਹਦੀ, ਕਿਸੇ ਕੋਈ ਮਿਡਲ ਵੇ 'ਤੇ ਜਾ ਕੇ ਗੱਲ ਮੁੱਕਦੀ ਹੋਵੇ। ਆਪਾਂ ਉਸ ਤੋਂ ਬਾਅਦ ਆਪਾਂ ਪੰਜਾਬ ਦੀ ਰਾਜਨੀਤੀ 'ਤੇ ਆਉਂਦੇ। ਸਾਰ ਤੋਂ ਪਹਿਲਾਂ ਤਾਂ ਜਿਹੜੇ ਖਦਸ਼ੇ ਨੇ, ਜਿਹੜੇ ਵਲਵਲੇ ਨੇ ਇੱਥੋਂ ਦੇ ਤੁਹਾਡੇ ਬਾਰੇ ਜੋਸ਼ੀ ਜੀ, ਕਿ ਤੁਹਾਡੇ ਗੇੜੇ ਲੱਗ ਰਹੇ ਨੇ ਬਟਾਲੇ 'ਚ, ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕ ਕਹਿ ਰਹੇ ਨੇ ਕਿ ਜੋਸ਼ੀ ਜੀ ਵੱਡੇ ਬਾਦਲ ਸਾਹਿਬ ਦੇ ਵੱਡੇ ਖਾਸ ਨੇ, ਅਤੇ ਬਟਾਲੇ ਦੇ ਵਿੱਚ ਉਹ ਅਗਲੀ ਚੋਣ ਲੜ ਸਕਦੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ। ਸਾਡੇ ਵੱਲੋਂ ਸ਼ੁਭਕਾਮਨਾ ਵੀ, ਜੋ ਤੁਹਾਡੀ ਮਰਜ਼ੀ, ਤੁਹਾਡੀ ਕੰਸਟੀਚੁਐਂਸੀ, ਤੁਹਾਡਾ ਏਰੀਆ, ਤਰਨ ਤਾਰਨ ਜਾਓ, ਅੰਮ੍ਰਿਤਸਰ ਜਾਓ, ਬਟਾਲੇ ਜਾਓ, ਪਰ ਕਿੰਨੀ ਕੁ ਸੱਚਾਈ ਹੈ ਇਹਨਾਂ ਗੱਲਾਂ 'ਚ, ਅਤੇ ਤੁਸੀਂ ਕਿੱਥੇ ਸਟੈਂਡ ਕਰਦੇ ਇਹਨਾਂ ਬਾਰੇ? ਨਹੀਂ ਗੁਰਲਾਲ ਜੀ, ਇਹਦੇ 'ਚ ਤਾਂ ਕੋਈ ਸੱਚਾਈ ਨਹੀਂ, ਨਾ ਮੈਂ ਕਦੀ ਸੋਚਿਆ, ਨਾ ਮੈਨੂੰ ਕਿਸੇ ਨੇ ਕੋਈ ਔਫਰ ਕੀਤੀ। ਬਾਕੀ ਇਹ ਹੈ ਕਿ ਮੈਂ ਇਹ ਪੂਰਾ ਮਾਝੇ ਦੀ ਬੈਲਟ ਜਿਹੜੀ ਹੈਗੀ ਹੈ, ਪਠਾਨਕੋਟ ਤੋਂ ਲੱਗ ਕੇ ਸੁਜਾਨਪੁਰ, ਪਠਾਨਕੋਟ ਵੀ ਮੈਂ ਗਿਆ, ਪਠਾਨਕੋਟ ਵੀ ਮੈਂ ਗਿਆ, ਸੁਜਾਨਪੁਰ, ਪਠਾਨਕੋਟ, ਦੀਨਾਨਗਰ, ਗੁਰਦਾਸਪੁਰ ਮੈਂ ਗਿਆ, ਫਿਰ ਮੈਂ ਬਟਾਲੇ ਗਿਆ, ਫਿਰ ਫਤਿਹਗੜ੍ਹ ਚੂੜੀਆਂ ਵਾਂ, ਮਤਲਬ ਇਹ ਸਾਰਾ ਏਰੀਆ ਜਿਹੜਾ ਮੈਂ ਬਹੁਤ ਕੰਮ ਕੀਤਾ ਇੱਥੇ, ਸਾਰੇ ਕਾਰਕਰਤਾ ਵਰਕਰ, ਹਰ ਪਾਰਟੀ ਦਾ ਮੇਰੇ ਕੋਲ ਆਉਂਦਾ ਰਿਹਾ, ਇੱਥੋਂ ਤੱਕ ਕਿ ਮੈਂ ਤਾਂ, ਤੁਸੀਂ ਅੱਜ ਜੇ ਇਹਨਾਂ ਨੂੰ ਪੁੱਛ ਲਓ ਨਾ, ਕਾਂਗਰਸ ਦੇ ਜਿਹੜੇ MLA ਸਾਡੇ ਕੁਲੀਗ ਸੀ ਜਦੋਂ ਮੈਂ ਮੰਤਰੀ ਸੀ, ਤੇ ਮੈਂ ਕਿਸੇ ਦਾ ਕੰਮ ਉਹਨਾਂ ਦਾ ਵੀ ਨਹੀਂ ਸੀ ਰੋਕਿਆ। ਇੱਕ ਸਿੰਗਲ ਬੰਦਾ ਨਹੀਂ ਇਹ ਕਹਿ ਸਕਦਾ ਵੀ ਮੈਂ ਕਿਸੇ ਦਾ ਕੰਮ ਨਹੀਂ ਕੀਤਾ, ਕਿਉਂਕਿ ਅੱਜ ਸਰਕਾਰ ਮੇਰੀ ਡਿਊਟੀ ਸੀ, ਤੇ ਸਭ ਕੁਲੀਗ ਹੁੰਦੇ ਆ, ਦੋਸਤ ਮਿੱਤਰ ਹੁੰਦੇ ਆ, ਤੇ ਮੈਂ ਹਰ ਇੱਕ ਬੰਦੇ ਦਾ ਕੰਮ ਕੀਤਾ। ਬਟਾਲੇ 'ਚ ਵੀ ਮੈਂ ਬਹੁਤ ਸਾਰਾ ਇੰਡਸਟਰੀ ਦਾ, ਇੰਡਸਟਰੀ ਸਿੱਖ ਸੀ ਇੱਥੇ, ਇੱਥੇ ਇੰਡਸਟਰੀ ਜਿਹੜੀ ਆ ਸਾਰੀ ਬੈਂਕਾਂ ਦੇ ਕੋਲ ਗਿਰਵੀ ਸੀ, ਇੱਥੋਂ ਤੱਕ ਉਹਨਾਂ ਦੇ ਘਰ ਵੀ ਵਿਕਣ ਤੱਕ ਕਗਾਰ ਸੀ। ਮੈਂ ਇੰਨਾ ਕੁ ਮਾਝੇ ਪੂਰੇ ਦੀ ਇੰਡਸਟਰੀ 'ਚ, ਮੈਂ ਇੰਡਸਟਰੀ ਮਿਨਿਸਟਰ 1.5 ਸਾਲ ਦੇ ਵਿੱਚ, ਮੈਂ ਪੂਰੇ ਮਾਝੇ ਦਾ 10 ਸਾਲ ਦਾ ਪੀਰੀਅਡ ਜਿਹੜਾ ਨਾ ਆਤੰਕਵਾਦ ਦਾ ਗਿਣ ਕੇ ਉਹ ਮਾਈਨਸ ਕਰਤਾ ਸੀ, ਵਿਆਜ, ਪੀਨਲ ਵਿਆਜ ਸਾਰਾ ਕੁਛ ਖਤਮ ਕਰਕੇ, ਜਿਹੜੇ ਬੰਦੇ ਆਪਣੀ ਫੈਕਟਰੀ ਵੇਚ ਕੇ ਘਰ ਵੀ ਪਲੱਜ ਕਰਕੇ ਉਹ ਸਾਰਾ ਫਿਰ ਸੜਕ 'ਤੇ ਸੀ, ਅਤੇ ਫਿਰ ਉਹਨਾਂ ਦੇ ਉੱਤੇ ਪਰਚੇ ਹੁੰਦੇ ਸੀ, ਉਹ ਸਾਰੇ ਮੈਂ ਉਹਨਾਂ ਦਾ ਜਿਹੜਾ ਨਾ ਉਹਨਾਂ ਨੂੰ ਛੱਡਤਾ, ਅਤੇ ਉਹ ਆਪਣੀ ਇੰਡਸਟਰੀ ਵਿੱਚ ਲਾਉਂਦੇ। ਮੈਂ ਕੰਮ ਜਿਹੜਾ ਵਾ ਉਹ ਬਟਾਲੇ ਦੀ, ਤੁਹਾਨੂੰ ਪਤਾ ਬੜੀ ਵੱਡੀ ਇੰਡਸਟਰੀ, ਅਤੇ ਸਿੱਖ ਹੋ ਗਈ ਸੀ ਇੰਡਸਟਰੀ, ਉਹਨਾਂ ਨੂੰ ਰਾਹਤ, ਗੋਂਦਵਾਲ, ਅੰਮ੍ਰਿਤਸਰ, ਤਰਨ ਤਾਰਨ, ਇਹ ਸਾਰੇ ਏਰੀਏ ਦੀ ਇੰਡਸਟਰੀ ਸਾਰੀ ਮੈਂ ਬਚਾਈ, ਅਤੇ ਉਹਨਾਂ ਲੋਕਾਂ ਦੀ, ਹਜ਼ਾਰਾਂ ਦੀ ਗਿਣਤੀ 'ਚ ਲੋਕ ਸੀ ਜਿਨ੍ਹਾਂ ਨੂੰ ਮੈਂ ਅਰਬਾਂ ਰੁਪਏ ਦਾ ਜਿਹੜਾ ਵਾ ਇਹ ਫਾਇਦਾ ਕਿ ਇਹ ਇੰਡਸਟਰੀ ਜਿਹੜੀ ਆ ਆਤੰਕਵਾਦ ਦੇ ਦੌਰਾਨ ਕੋਈ ਬਾਹਰ ਚੱਲ ਗਏ, ਕੋਈ ਡਿਸਟਰਬ ਹੋ ਗਏ, ਨਹੀਂ ਕੰਮ ਚੱਲੇ, ਇਸ ਕਰਕੇ ਉਹ ਮਾਈਨਸ ਕਰਤਾ, ਨਹੀਂ ਤੇ ਕਿਤੇ ਬਚਦੇ ਨਹੀਂ ਸੀ ਇਹ। ਤੇ ਉਹ ਜਿਹੜਾ ਮੈਂ ਕੰਮ ਸਾਰੇ ਏਰੀਏ 'ਚ ਕੀਤਾ, ਪੂਰੇ ਪੰਜਾਬ 'ਚ ਵੀ ਕੀਤਾ, ਪਰ ਇਹ ਆ ਵੀ ਇਹ ਰੋਜ਼ ਨਵੀਂ ਅਫਵਾਹ ਚੱਲਦੀ ਹੈ, ਕੋਈ ਕਦੀ ਬਟਾਲੇ ਤੋਂ, ਕਦੀ ਤਰਨ ਤਾਰਨ ਤੋਂ, ਕਦੀ ਕੁਛ। ਮੇਰੀ ਤੇ ਵੇਖੋ, ਮੇਰੀ ਇੱਛਾ ਤੇ ਇਹੀ ਆ ਵੀ ਜੇ ਮੈਂ ਇਲੈਕਸ਼ਨ ਲੜਾਂ ਹਾਲੇ, ਤੇ ਮੈਂ ਕਈ ਵਾਰੀ ਇਹ ਸੋਚਦਾ ਵਾਂ ਵੀ ਜਿੰਨੀ ਇੱਜ਼ਤ ਮਾਣ ਲੋਕ ਦਿੰਦੇ ਪਏ ਆ, ਕਿਉਂਕਿ ਮੈਂ ਪੰਜਾਬ ਵਾਸਤੇ ਖੜਾ ਹਾਂ, ਮੈਂ ਇਮਾਨਦਾਰੀ ਦੇ ਨਾਲ MLA ਵੀ ਰਹਿ ਕੇ ਕੰਮ ਕਰ ਲਿਆ, ਤੇ ਮੈਂ MLA ਦੇ ਰਹਿੰਦਿਆਂ ਵੀ ਸਰਕਾਰ ਨਾਲ ਮੱਥਾ ਵੀ ਲਾਇਆ, ਪਾਰਟੀ ਨਾਲ ਵੀ ਲਾਇਆ, ਫਿਰ ਧਰਨੇ ਵੀ ਲਾਉਣੇ ਪਏ ਜੇ ਅਗਰ ਮੈਨੂੰ ਲੋਕਾਂ ਵਾਸਤੇ, ਕਿਉਂਕਿ ਮੈਂ ਤੇ ਲੋਕਾਂ ਦਾ ਬਣਾਇਆ ਸੀ, ਤੇ ਮੈਂ ਹਮੇਸ਼ਾ ਇਹ ਫੀਲਿੰਗ ਰੱਖੀ। ਲੋਕੀ ਫੀਲ ਨਹੀਂ ਕਰਦੇ ਜਦੋਂ MLA ਬਣ ਜਾਂਦੇ ਹੁੰਦੇ, ਅਸੀਂ ਆਪ ਹੀ ਬਣੇ ਹਾਂ, ਪਰ ਮੈਂ ਇਹ ਫੀਲਿੰਗ ਹਮੇਸ਼ਾ ਮੇਰੇ ਦਿਲ 'ਚ ਰਹਿੰਦੀ ਸੀ ਵੀ ਇਹ ਲੋਕ ਜਿਹੜੇ ਆ ਇਹੀ ਮੇਰੇ ਰੱਬ ਆ, ਇਹਨਾਂ ਨੇ ਮੈਨੂੰ ਬਣਾਇਆ, ਮੈਂ ਇਹਨਾਂ ਵਾਸਤੇ ਹਰ ਲੜਾਈ ਲੜਨੀ, ਤੇ ਮੈਂ ਲੜੀ ਆ। ਉਹ ਕੰਮ ਜਿਹੜੇ 70-70 ਸਾਲ ਨਹੀਂ ਸੀ ਹੋਏ ਉਹ ਕਰਾਏ, ਫਿਰ ਮੈਂ ਮੰਤਰੀ ਰਿਹਾ, ਤੇ ਫਿਰ ਮੈਂ ਮੰਤਰੀ ਹੁੰਦਿਆਂ ਵੀ ਕੈਬਨਿਟ 'ਚ ਵੀ ਲੜਦਾ ਰਿਹਾ, ਤੇ ਮੈਂ ਸਰਕਾਰ ਦੇ ਨਾਲ ਵੀ ਜਿੱਥੇ ਕੋਈ ਇਸ਼ੂ ਸਾਡਾ ਕਲੈਸ਼ ਹੁੰਦਾ ਸੀ ਮੇਰੇ ਏਰੀਏ ਦੇ ਜਾਂ ਪੰਜਾਬ ਦੇ, ਮੇਰੇ ਡਿਪਾਰਟਮੈਂਟ ਦੇ ਕੰਮ ਅੜਦੇ ਸੀ, ਸਟੈਂਡ ਲੈਂਦਾ ਸੀ। ਹੁਣ ਇੰਨੀ ਇੱਜ਼ਤ ਮੇਰੇ ਇਸ ਇਸ਼ੂ ਦੇ ਉੱਤੇ, ਜਦਕਿ ਮੈਂ, ਮੇਰੀ ਸ਼ਹਿਰੀ ਕੌਂਸਟੀਚੁਐਂਸੀ ਸੀ, ਮੈਂ ਆਪਣੀ ਪਾਰਟੀ 'ਚ ਚੁੱਪ ਕਰਕੇ ਬਾਕੀਆਂ ਨੂੰ ਮੂੰਹ 'ਚ ਘੁੰਗੜੀਆਂ ਪਾ ਕੇ ਬੈਠਾ ਰਹਿੰਦਾ, ਮੇਰੀ ਜ਼ਮੀਰ ਨਹੀਂ ਮੰਨੀ, ਕਿਉਂਕਿ ਮੈਂ ਤੇ ਲੋਕਾਂ ਵਾਸਤੇ ਲੜਾਈ ਹਮੇਸ਼ਾ ਲੜੀ ਹੈ, ਅਤੇ ਅੱਜ ਜਿਹੜੀ ਇਹ ਲੜਾਈ ਸੀ, ਮੈਂ ਪਹਿਲਾਂ ਪਾਰਟੀ ਦੇ ਵਿੱਚ ਕੋਸ਼ਿਸ਼ ਕੀਤੀ ਗੱਲ ਰੱਖਣ ਦੀ, ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ, ਨਹੀਂ ਮੰਨੀ ਗਈ, ਮੈਂ ਓਪਨ ਆ ਗਿਆ, ਇਹਨਾਂ ਨੇ ਮੈਨੂੰ ਪਾਰਟੀ 'ਚੋਂ ਕੱਢਤਾ। ਹੁਣ ਜਿਹੜੀ ਪੂਰੀ ਦੁਨੀਆ ਦੇ ਵਿੱਚ ਤੁਸੀਂ ਮੈਨੂੰ ਕਾਲ ਕਰਦੇ ਜੇ ਵੀ ਲੋਕੀ ਚਾਹੁੰਦੇ ਆ ਮੇਰੀ ਇੰਟਰਵਿਊ ਤੁਸੀਂ ਲਓ, ਇਹ ਇੱਜ਼ਤ ਆ, ਇਹ ਜਿਹੜਾ ਮਾਣ ਆ, ਜਾਂ ਮੈਨੂੰ ਜਿਹੜੇ ਕਮੈਂਟਸ ਆਉਂਦੇ ਆ, ਜਾਂ ਕੋਈ ਕਾਲਰ ਵੀ ਕਿਸੇ ਵੇਲੇ ਕੋਈ ਗੱਲ ਕਰਦਾ ਵਾ, ਇਹ ਮਿਨਿਸਟਰੀਆਂ ਤੋਂ ਕਿਤੇ ਉੱਪਰ ਆ, ਜੀ ਜੀ, ਮਿਨਿਸਟਰੀਆਂ ਉਹਨਾਂ ਨੂੰ ਜਾਂ MLAship ਉਹਨਾਂ ਨੂੰ ਜਿਨ੍ਹਾਂ ਨੇ ਕੋਈ ਠੱਗੀ ਠੋਰੀ ਮਾਰਨੀ ਹੋਵੇ, ਮੈਂ ਇਹ ਨਹੀਂ ਕਹਿ ਸਕਦਾ ਉਹਨਾਂ ਨੂੰ ਲਲਕ ਹੁੰਦੀ ਆ, ਮੈਂ ਤੇ ਵੇਖਿਆ ਕਈ ਵਾਰੀ 2-2, 3-3 ਵਾਰ ਹਾਰ ਜਾਂਦੇ ਆ ਬੰਦੇ, ਫਿਰ ਵੀ ਉੱਥੇ ਵਿਧਾਨ ਸਭਾ ਸੈਕਟਰੀਏਟ ਦੇ ਫਾਈਲਾਂ ਹੱਥ ਫੜ ਕੇ ਚੱਕਰ ਮਾਰਦੇ ਰਹਿੰਦੇ। ਮੈਂ ਇੱਕ ਸਿੰਗਲ ਵਾਰੀ ਉਸ ਤੋਂ ਬਾਅਦ ਨਾ ਵਿਧਾਨ ਸਭਾ ਗਿਆ, ਨਾ ਸੈਕਟਰੀਏਟ ਗਿਆ, ਮੇਰੀ ਆਤਮਾ ਉੱਥੇ ਨਹੀਂ ਭਟਕਦੀ। ਮੇਰੇ ਕੋਲ 39 ਸੈਕਟਰ 'ਚ ਕੋਠੀ ਰਹੀ ਸਰਕਾਰੀ, ਮੈਂ ਉੱਥੇ ਵੀ ਨਹੀਂ ਗਿਆ, ਸਿਰਫ ਬੇਟੇ ਦੀ ਸ਼ਾਦੀ ਦਾ ਇਨਵੀਟੇਸ਼ਨ ਕੁਛ ਆਪਣੇ ਮਿਨਿਸਟਰ ਜਿਹੜੇ ਦੋਸਤ ਸੀ ਉਹਨਾਂ ਨੂੰ ਦੇਣ ਗਿਆ, ਉਸ ਤੋਂ ਇਲਾਵਾ ਮੈਂ ਉੱਧਰ ਵੀ ਨਹੀਂ ਕਦੀ ਗਿਆ। ਕਿਸੇ ਬੁਲਾਇਆ ਤਾਂ ਵੀ, ਮੈਂ ਕਿਹਾ ਬਾਹਰ ਮਿਲ ਲਿਓ ਯਾਰ, ਮੈਂ ਨਹੀਂ ਜਾਣਾ। ਮੈਨੂੰ ਕੋਈ ਇਹ ਤਮਾ ਜਾਂ ਇੱਛਾ ਮੇਰੀ ਮਨ ਦੇ ਵਿੱਚ ਕੋਈ ਹਰ ਵੇਲੇ ਨਹੀਂ ਹੈਗੀ ਕਿ ਮੈਂ ਦਬਾ MLA ਬਣ ਜਾਂ। ਮੈਂ ਤੇ ਜੇ ਲੋਕੀ ਸੇਵਾ ਦੇਣਗੇ ਤੇ ਉਸੇ ਤਰ੍ਹਾਂ ਲੜਾਈ ਲੜ ਕੇ ਸੇਵਾ ਕਰੂੰਗਾ,
ਉਹਦੇ 'ਚ ਮੈਂ ਵਿਊ ਲੈ ਰਿਹਾ ਲੋਕਾਂ ਦਾ। ਮੈਂ ਇਸੇ ਕਰਕੇ ਕਿਹਾ ਨਾ ਵੀ ਮੈਂ ਇਹ ਨਹੀਂ ਆ ਵੀ ਆ ਇੱਧਰ ਭੱਜ ਕੇ ਵੜ ਜਾ ਉੱਧਰ ਵੜ ਜਾ, ਮੈਂ ਲੋਕਾਂ ਦੇ ਅਨੁਸਾਰ ਜੇ ਲੋਕੀ ਚਾਹੁਣਗੇ ਕਿ ਤੂੰ ਇਲੈਕਸ਼ਨ ਲੜ ਤੇ ਇਸ ਪਾਰਟੀ ਵੱਲੋਂ ਲੜ ਤੇ ਫਿਰ ਮੈਂ ਕੁਛ ਸੋਚੂੰਗਾ। ਹੁਣ ਪਾਰਟੀਆਂ ਵੱਲੋਂ ਵੀ ਜੇ ਮੈਂ ਕਿਸੇ ਨੂੰ ਕੋਈ ਮੈਨੂੰ ਕਹਿ ਦੇ ਫਲਾਨੀ ਵੱਲੋਂ ਲੜ ਫਲਾਨੀ ਵੱਲੋਂ ਲੜ, ਮੈਂ ਮੈਨੂੰ ਜਾਂ ਮੇਰੇ ਜਾਂ ਉਹਨੂੰ ਪਾਰਟੀ ਨੂੰ ਕੋਈ ਮੇਰੀਆਂ ਗੱਲਾਂ ਅਸੈਪਟ ਨਹੀਂ ਹੋਣਗੀਆਂ, ਕਿਉਂਕਿ ਫਿਰ ਕਈਆਂ ਨੂੰ ਡਰ ਵੀ ਲੱਗਦਾ ਨਾ ਵੀ ਇਹ ਬੰਦਾ ਜਿਹੜਾ ਵਾ ਇਹ ਸੱਚਾਈ ਦੇ ਉੱਤੇ ਲੜਦਾ ਵਾ ਤੇ ਕੱਲ ਨੂੰ ਸਾਡੀ ਪੋਜੀਸ਼ਨ ਆਕਵਰਡ ਨਾ ਹੋ ਜਾਏ। ਤੁਸੀਂ ਮੋਹਰ ਚੱਕੀ, ਉਦੋਂ ਬਾਅਦ ਕੇ ਡੀ ਭੰਡਾਰੀ ਜੀ, ਮਾਸਟਰ ਮੋਹਨ ਲਾਲ ਜੀ, ਇੱਕ ਦੋ ਬੰਦੇ ਹੋਰ ਵੀ ਆਏ ਹੋਣਗੇ ਜਿਹੜੇ ਖੁੱਲ੍ਹ ਕੇ ਮੋਹਰੇ ਆਏ ਆ। ਆਪਾਂ ਤੁਸੀਂ ਬਹੁਤ ਸੋਹਣਾ ਕੀਤਾ, ਅਸੀਂ ਸਾਡੀਆਂ ਸ਼ੁਭਕਾਮਨਾਵਾਂ ਨੇ ਜਿਹੜੀ ਵੀ ਕੰਸਟੀਚੁਐਂਸੀ ਜਿਹੜੀ ਪਾਰਟੀ ਦੀ ਚੁਣੋ ਤੁਸੀਂ ਕੰਮ ਕਰਦੇ ਰਹੋ, ਮੁੱਦਿਆਂ 'ਤੇ ਲੜਦੇ ਰਹੋ। ਆਪਾਂ ਅੱਗੇ ਹੁਣੇ ਤੁਸੀਂ ਗੱਲ ਕੀਤੀ ਸੀਗੀ ਕਿ ਜਿਹੜਾ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਤੁਹਾਡੇ ਜਿਹੜੇ ਪੰਜਾਬ ਦੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਗੱਲ ਖੋਲ੍ਹ ਕੇ ਉੱਪਰ ਨਹੀਂ ਰੱਖੀ, ਹੁਣ ਤਾਂ ਜਗ ਜ਼ਾਹਰ ਹੋ ਗਿਆ ਉਹਨਾਂ ਦਾ। ਦੇਖੋ ਜਿਹੜੇ ਵਿਰੋਧ ਕਰਦੇ ਆ ਹੱਥੋਂ ਪਾਈ ਤਾਂ ਜਾਂਦੇ ਆ, ਕਿਸੇ ਦੀ ਗੱਡੀ ਦਾ ਸ਼ੀਸ਼ਾ ਤੋੜਦੇ ਆ, ਉਹ ਬਿਲਕੁਲ ਗਲਤ ਹੈ। ਵਿਰੋਧ ਹੈਗਾ ਕਾਲੇ ਝੰਡੇ ਕਿਤੇ ਦੂਰ ਰਹਿ ਕੇ ਘਰੇ ਆਓ, ਅਸੀਂ ਉਸ ਚੀਜ਼ ਦੀ ਨਿਖੇਧੀ ਕਰਦੇ ਹਾਂ। ਅਗੇਨ ਮੈਂ ਤੁਹਾਨੂੰ ਕਹਿ ਰਿਹਾ ਕਿ ਹੁਣ ਤਾਂ ਜਗ ਜ਼ਾਹਰ ਹੈ, ਹੁਣ ਤਾਂ ਉਹਨਾਂ ਨੂੰ ਜਾ ਕੇ ਸਪਸ਼ਟ ਕਹਿ ਦੇਣਾ ਚਾਹੀਦਾ। ਔਰ ਹਲੇ ਵੀ ਮੈਂ ਦੇਖਿਆ ਤੁਹਾਡੇ ਕਈ ਲੀਡਰ ਇਹ ਕਹਿ ਰਹੇ ਕਿ 117 ਸੀਟਾਂ ਅਸੀਂ ਜਿੱਤ ਲੈਣੀਆਂ, ਪਤਾ ਨਹੀਂ ਬੇਸ ਕੀ ਹੈ। ਹੁਣ ਤਾਂ ਜਾ ਕੇ ਕਹਿ ਦੇਣਾ ਚਾਹੀਦਾ ਵੀ ਇਹਦਾ ਹੱਲ ਕੱਢੋ, ਇਹ ਕਿਉਂ ਨਹੀਂ ਹੋ ਰਿਹਾ ਜੀ ਹਲੇ ਵੀ? ਗੁਰਲਾਲ ਜੀ, ਇਹ ਪਤਾ ਕੀ ਹੈ, ਇਹ ਜਿਸ ਤਰ੍ਹਾਂ ਨਾ ਕਬੂਤਰ ਆ ਨਾ ਬਿੱਲੀ ਵੇਖ ਕੇ ਤੇ ਅੱਖਾਂ ਮੀਟਦਾ, ਇਹਨਾਂ ਦੀ ਉਹ ਪੋਜੀਸ਼ਨ ਬਣੀ ਹੋਈ ਆ ਜੀ ਜੀ। ਇਹ ਅੱਖਾਂ ਮੀਟ ਰਹੇ ਆ ਵੀ ਸ਼ਾਇਦ ਬਿੱਲੀ ਸਾਨੂੰ ਵੇਖਦੀ ਨਹੀਂ ਪਈ, ਪਰ ਬਿੱਲੀ ਵੇਖਦੀ ਪਈ ਆ ਤੇ ਬਿੱਲੀ ਨੇ ਖਾ ਵੀ ਜਾਣਾ। ਬਿੱਲੀ ਇਸ ਵੇਲੇ ਹੈਗੇ ਆ ਲੋਕ, ਤੇ ਇਹ ਕਬੂਤਰ ਬਣ ਕੇ ਜਿਹੜੇ ਆ ਨਾ ਸੋਚਦੇ ਪਏ ਆ ਵੀ ਆਪਾਂ 117 ਲੜ ਲੈਣੀਆਂ, ਸਰਕਾਰ ਬਣਾ ਲੈਣੀ ਆ। ਇੱਥੇ ਮੈਂ ਇਹਨਾਂ ਨੂੰ ਇਹ ਦਿਸਦਾ ਨਹੀਂ ਗਾ ਵੀ ਹਰ ਚੌਂਕ ਦੇ ਵਿੱਚ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਲੋਕ ਝੰਡੇ ਫੜ ਕੇ ਬੱਚਿਆਂ ਲੇਡੀਜ਼ ਜਿਹੜੀਆਂ ਉਹਦਾ ਅਸਰ ਜੇ ਨਹੀਂ ਜਿਹੜਾ ਖਲੋਤਾ ਉਹਦੇ 'ਤੇ ਕਾਰ 'ਤੇ ਜਾਂਦੇ ਆ, ਸਕੂਟਰ 'ਤੇ ਜਾਂਦੇ ਆ, ਉਹਦੇ 'ਤੇ ਪੈਂਦਾ। ਯਾਰ ਮੇਰਾ ਵੀ, ਮੈਂ ਵੀ ਖਲੋਵਾਂ, ਮੈਂ ਵੀ ਹਿੱਸਾ ਆਪਣਾ, ਭਾਵੇਂ 2 ਮਿੰਟ ਕੋਈ ਪਾ ਕੇ ਆਉਂਦਾ ਉਹ ਵੀ ਖਲੋ ਜਾਂਦੇ ਆ 2 ਮਿੰਟ। ਇਹ ਅਹਿਸਾਸ ਜਿਹੜਾ ਵਾ ਨਾ, ਇਹ ਸਾਰਾ ਗੁੱਸਾ ਜਿਹੜਾ ਵਾ ਉਹ ਇਸ ਵੇਲੇ ਬੀਜੇਪੀ ਦੇ ਖਿਲਾਫ ਹੀ ਬਣਦਾ ਪਿਆ ਵਾ, ਜੀ ਜੀ, ਕੁਛ ਹੋਰ ਪਾਰਟੀ ਦੇ ਨਹੀਂ ਖਿਲਾਫ, ਹੋਰ ਪਾਰਟੀਆਂ ਦੇ ਖਿਲਾਫ ਤੇ ਪੋਲੀਟੀਕਲ ਏਜੰਡਾ ਹੋ ਸਕਦਾ, ਕੋਈ ਕਿਸੇ ਨੂੰ ਲੈਟ ਡਾਊਨ ਕਰਨਾ ਚਾਹੁੰਦਾ, ਕੋਈ ਕਿਸੇ ਨੂੰ ਹੈ। ਬਾਕੀ ਇਹ ਆ ਵੀ ਜਿਹੜਾ ਮੇਨ ਇਸ ਵੇਲੇ ਜਿਹੜਾ ਟਾਰਗੇਟ ਤੇ ਭਾਰਤੀ ਜਨਤਾ ਪਾਰਟੀ ਆ, ਪਰ ਇਹਨਾਂ ਦੇ ਲੀਡਰ ਪਤਾ ਨਹੀਂ ਕਿਉਂ ਇਹਨਾਂ ਨੂੰ ਹਾਲੇ ਕਿ ਰਿਜ਼ਲਟ ਪਿਛਲੀ ਕਾਰਪੋਰੇਸ਼ਨ ਮਿਊਂਸੀਪਲ ਕਮੇਟੀ ਦੀਆਂ ਇਲੈਕਸ਼ਨਾਂ ਦੇ ਇਹਨਾਂ ਦੇ ਸਾਹਮਣੇ ਆ, ਇਹਨਾਂ ਨੂੰ ਫੜ ਫੜ ਕੇ ਡਰਾਈਵਰ, ਮਾਲੀ, ਕਿਸੇ ਦੇ ਘਰ ਕੰਮ ਕਰਨ ਵਾਲੀ, ਉਹ ਖਿਲਾਰਨੇ ਪਏ, ਪੈਸੇ ਦੇ ਕੇ ਖਿਲਾਰਨੇ ਪਏ। ਇਸ ਵੇਲੇ ਵੀ ਇਹ ਕੋਸ਼ਿਸ਼, ਇਸ ਵੇਲੇ ਵੀ ਇਹ ਕੋਸ਼ਿਸ਼ ਇਹੀ ਕਰਦੇ ਪਏ ਜਿਹਨਾਂ ਲੋਕਾਂ ਨੂੰ ਸੰਪਰਕ ਕਰਦੇ ਜਾਂ ਜਿਹਨਾਂ ਨੂੰ ਸ਼ਾਮਿਲ ਕਰਦੇ ਪਏ ਆ, ਵੀ ਤੁਹਾਨੂੰ ਲੈ ਪਤਾ ਨਹੀਂ, ਕੋਈ ਜਾਣਦਾ ਹੁੰਦਾ ਨਹੀਂ ਗਾ, ਉਹਨੂੰ ਸ਼ਾਮਿਲ ਕਰਦੇ ਆ, ਫਿਰ ਉਹਨੂੰ ਮਤਲਬ ਨਾਲ ਲਾਰਾ ਲਾ ਕੇ ਲਿਆਉਂਦੇ ਵੀ ਤੁਹਾਨੂੰ ਇਲੈਕਸ਼ਨ ਲੜਾਵਾਂਗੇ ਤੇ ਨਾਲ ਇੰਨੇ ਪੈਸੇ ਤੁਹਾਨੂੰ ਜਿਹੜਾ ਵਾ ਇਲੈਕਸ਼ਨ ਲੜਨ ਵਾਸਤੇ ਦੇਵਾਂਗੇ ਵੀ। ਇਹ ਇਹੋ ਜਿਹੀਆਂ ਜਿਹੜੀਆਂ ਗੱਲਾਂ ਦੇ ਨਾਲ ਹੀ ਇਹ ਬੰਦੇ ਪੂਰੇ ਕਰਨੇ ਚਾਹੁੰਦੇ ਆ। ਇਹਨਾਂ ਨੂੰ ਇਲੈਕਸ਼ਨ ਜਿੱਤਣ ਜੁੱਤਣ ਨਾਲ ਕੋਈ ਨਹੀਂ ਆ, ਸਿਰਫ ਇਹਨਾਂ ਨੂੰ ਇਹ ਆ ਵੀ ਕਾਗਜ਼ ਭਰਨ ਦੇ ਭਾਵੇਂ ਘਰ ਬਹਿ ਜਾਣ। ਇਸ ਕਰਕੇ ਇਹ ਪਾਰਟੀ ਦੇ ਹਿਤੈਸ਼ੀ ਨਹੀਂ ਗੇ ਜਿਹੜੀ ਇਹ ਟੀਮ ਬੈਠੀ ਆ, ਬਿਲਕੁਲ ਹਿਤੈਸ਼ੀ ਨਹੀਂ ਗੇ। ਇਹ ਪਾਰਟੀ ਦਾ ਨਾਸ ਕਰਦੇ ਪਏ ਆ। ਇਹਨਾਂ ਨੂੰ ਸਹੀ ਪਿਕਚਰ ਜਿਹੜੀ ਆ ਉੱਥੇ ਦੱਸਣੀ ਚਾਹੀਦੀ ਆ। ਇੱਥੇ ਬੱਚਾ ਬੱਚਾ ਅੰਦੋਲਤ ਆ, ਘਰਾਂ 'ਚ ਬੈਠੀਆਂ ਲੇਡੀਜ਼ ਗੁੱਸੇ 'ਚ ਆ, ਬੱਚੇ ਜਿਹੜੇ ਛੋਟੇ ਛੋਟੇ ਆ ਉਹ ਗੁੱਸੇ 'ਚ ਆ, ਉਹਨਾਂ ਦੇ ਮਨਾਂ ਦੇ ਵਿੱਚ ਵੀ ਇਹ ਗੱਲ ਬਹਿ ਗਈ ਆ ਵੀ ਇਹ ਬੀਜੇਪੀ ਜਾਂ ਮੋਦੀ ਸਾਹਿਬ ਕੀ ਕਰਦੇ ਪਏ। ਮੋਦੀ ਸਾਹਿਬ ਭਾਵੇਂ ਕੁਛ ਨਾ ਕਰਦੇ ਪਏ, ਹੁਣ ਥੱਲੇ ਜਿਹੜੀ ਆ ਨਾ, ਪਰ ਨਾ ਤਾਂ ਉਹਨਾਂ ਦਾ ਹੀ ਚੱਲਣਾ, ਪ੍ਰਾਈਮ ਮਿਨਿਸਟਰ ਜਾਂ ਹੈਡ ਆ ਉਹ। ਤੇ ਇੱਥੇ ਜਿਹੜੀਆਂ ਗਲਤੀਆਂ ਸਾਡੇ ਪੰਜਾਬ ਦੀ ਲੀਡਰਸ਼ਿਪ ਦੀਆਂ ਵਾ, ਉਹ ਬਣਦੀਆਂ ਪਈਆਂ ਦੇਸ਼ ਦੀ ਸਰਕਾਰ ਦੇ ਉੱਤੇ, ਜਿਹੜੇ ਅਸੀਂ ਸਟੈਂਡ ਹੀ ਨਹੀਂ ਲੈ ਪਾਏ। ਪੰਜਾਬ ਦੀ ਬੀਜੇਪੀ ਨੂੰ ਮੈਂ ਅੱਜ ਵੀ ਕਹਿੰਦਾ ਸਟੈਂਡ ਲੈਣਾ ਚਾਹੀਦਾ ਸੀ, ਇਹਨਾਂ ਨੂੰ ਰਿਜ਼ਾਈਨ ਆਪਣੇ ਲੈ ਜਾਣੇ ਚਾਹੀਦੇ ਸੀ। ਮੈਂ ਕਿਹਾ ਸੀ ਇਹਨਾਂ ਨੂੰ ਰਿਜ਼ਾਈਨ ਲੈ ਜਾਣੇ ਚਾਹੀਦੇ ਸੀ, ਜਾਂ ਦਿੰਦੇ 15 ਦਿਨ ਟਾਈਮ ਪਾਉਣ ਦੇ ਵਿੱਚ, ਕਿਸੇ ਵੀ ਲੈਵਲ 'ਤੇ ਮੁਕਾਓ ਨਾ, ਅਸੀਂ ਰਿਪੀਲ ਦੀ ਗੱਲ ਕਰਦੇ ਹਾਂ ਨਾ ਅਸੀਂ ਅਮੈਂਡਮੈਂਟ ਦੀ, ਤੁਸੀਂ ਜਿਸ ਵੀ ਪੋਜੀਸ਼ਨ ਦੇ ਵਿੱਚ ਇਹਨੂੰ ਮੁਕਾ ਦਿਓ, ਨਹੀਂ ਤਾਂ ਸਾਡੇ ਆ ਰਿਜ਼ਾਈਨ ਲੈ ਲਓ। ਅਸੀਂ ਆਪਣੇ ਬੰਦਿਆਂ ਨੂੰ ਮਰਵਾਉਣਾ ਨਹੀਂ ਚਾਹੁੰਦੇ, ਕੱਪੜੇ ਨਹੀਂ ਲਵਾਉਣੇ ਚਾਹੁੰਦੇ, ਅਸੀਂ ਇਹਨਾਂ ਦੇ ਕਾਰੋਬਾਰ ਨਹੀਂ ਬੰਦ ਕਰਾਉਣੇ ਚਾਹੁੰਦੇ। ਅਸੀਂ ਪੰਜਾਬ ਦਾ ਸਭ ਤੋਂ ਵੱਡੀ ਗੱਲ ਸੁਆਰਥ ਜਿਹੜਾ ਉਹ ਖਤਰੇ 'ਚ ਨਹੀਂ ਪਾ ਸਕਦੇ, ਸਾਡੀ ਇਹ ਜ਼ਿੰਮੇਵਾਰੀ ਆ। ਪਰ ਇਹ ਡਿਊਟੀ ਇਹਨਾਂ ਨੇ ਐਜ਼ ਏ ਹੈੱਡ ਬੀਜੇਪੀ ਅਸ਼ਵਨੀ ਸ਼ਰਮਾ ਤੇ ਇਹਦੀ ਟੀਮ ਨੇ ਪੂਰੀ ਨਹੀਂ ਕੀਤੀ, ਕਿਉਂਕਿ ਟੀਮ ਤੇ ਜਿਹੜੀ ਬਾਕੀ ਹੈਗੀ ਨਾ ਉਹ ਹੈ ਹੀ ਇੰਜ ਆ ਵੀ ਉਹਨਾਂ ਨੂੰ ਤੇ ਮਸਾਂ ਮਸਾਂ ਜਿਹੜੀ ਚਾਪਲੂਸੀ ਕਰਕੇ ਕੁਰਸੀਆਂ ਮਿਲੀਆਂ। ਜਿਹੜਾ ਬੂਥ ਦੇ ਉੱਤੇ ਕਦੀ ਜਿਨ੍ਹਾਂ ਨੇ ਕੰਮ ਨਹੀਂ, ਇੱਕ ਬੂਥ ਹੁੰਦਾ 1000 ਵੋਟ ਦਾ, ਜਿੱਦਾਂ ਮੇਰੀ ਕੌਂਸਟੀਚੁਐਂਸੀ ਦੇ 190 ਬੂਥ ਆ, ਤੇ ਇੱਕ ਬੂਥ ਜਿਹੜਾ 1000 ਕੁ ਵੋਟਾਂ ਦਾ ਨਾ, ਜਿੱਥੋਂ 600-700 ਵੋਟ ਪੋਲ ਹੁੰਦੀ ਆ,
ਉੱਥੇ ਜਿਹਨੇ ਕੰਮ ਨਹੀਂ ਕੀਤਾ ਅੱਜ ਕੱਲ੍ਹ ਜਨਰਲ ਸੈਕਟਰੀ ਆ ਉਹ ਤੇ ਉਹ ਮਤਲਬ ਜਿਹੜੇ ਆ ਨਾ ਨਾਲ ਵਾਈਸ ਪ੍ਰਧਾਨ ਆ ਤੇ ਉਹ ਇਸ ਵੇਲੇ ਉਹਨਾਂ ਦੇ ਜਿਹੜੇ ਆ ਉਹ ਗਾਈਡ ਬਣੇ ਆ ਪ੍ਰਧਾਨ ਜੀ ਤੇ ਉਹਨਾਂ 'ਚ ਘਿਰੇ ਆ ਤੇ ਨਾਲੇ ਦਿੱਲੀਓਂ ਆਉਂਦੇ ਆ ਸਾਡੇ ਪ੍ਰਭਾਰੀ ਜਨਰਲ ਸੈਕਟਰੀ ਦੂਜੇ ਉਹਨਾਂ ਨੂੰ ਸਬਜ਼ ਬਾਗ ਵਿਖਾਉਂਦੇ ਆ ਆਹ ਵੇਖੋ ਜੀ ਅਸੀਂ ਬੰਦੇ ਭਰਤੀ ਕਰਨ ਵਾਸਤੇ ਲੈ ਆਏ ਹਾਂ ਬਸ ਇਹ ਆ ਵੀ ਇਹੀ ਖੇਡ ਚੱਲਦੀ ਪਈ ਵੀ ਤੁਹਾਨੂੰ ਇਲੈਕਸ਼ਨ ਲੜਾਵਾਂਗੇ ਖਰਚਾ ਦੇਵਾਂਗੇ ਤੇ ਉਹ ਬੰਦਿਆਂ ਨੂੰ ਪਰਨੇ ਪਾਈ ਜਾ ਰਹੇ ਆ ਬਾਕੀ ਪਾਰਟੀ ਤੇ ਥੱਲੇ ਖਤਮ ਹੁੰਦੀ ਪਈ ਆ ਇਹ ਇਹਨਾਂ ਨੂੰ ਅਹਿਸਾਸ ਆ ਜਿਹੜੇ ਅਸਲੀ ਜਿਹੜੇ ਗਰਾਊਂਡ ਵਰਕਰ ਆ ਨਾ ਮੇਰੇ ਵਰਗੇ ਕੇਡੀ ਭੰਡਾਰੀ ਵਰਗੇ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਜਿਨ੍ਹਾਂ ਦੀ ਆਪਣੀ ਮਿਹਨਤ ਮਿੱਟੀ ਹੁੰਦੀ ਪਈ ਆ ਜਿਨ੍ਹਾਂ ਨੂੰ ਇੰਨਾ ਕੰਮ ਕਰਨ ਦੇ ਬਾਵਜੂਦ ਲੋਕ ਜਿਹੜੇ ਆਉਂਦੇ ਆ ਯਾਰ ਤੁਸੀਂ ਕੀ ਕਰਦੇ ਪਏ ਜੇ ਤੁਸੀਂ ਸਟੈਂਡ ਕਿਉਂ ਨਹੀਂ ਲੈਂਦੇ ਉਹ ਸਟੈਂਡ ਲੈਂਦੇ ਵੀ ਆ ਸੁਣਵਾਈ ਨਹੀਂ ਹੁੰਦੀ ਸੁਣਵਾਈ ਨਹੀਂ ਹੁੰਦੀ ਮੈਨੂੰ ਨਾ ਹੈਰਾਨੀ ਜੋ ਸੀ ਕਿ ਨਾ ਛੱਡ ਸਕਦੇ ਪਾਰਟੀ ਨਾ ਮਤਲਬ ਜਿਹੜਾ ਵਾ ਉਹ ਗੱਲ ਕਰਨੋਂ ਰੁਕ ਸਕਦੇ ਆ ਗੱਲ ਵੀ ਕਰਦੇ ਆ ਪਾਰਟੀ ਹੁਣ ਮੈਨੂੰ ਇਹਨਾਂ ਨੇ ਕੱਢਤਾ ਗੱਲ ਤੇ ਕੇਡੀ ਭੰਡਾਰੀ ਜੀ ਨੇ ਵੀ ਕੀਤੀ ਗੱਲ ਮੋਹਿਤ ਗੁਪਤਾ ਉੱਥੋਂ ਸਾਡਾ ਯੁਵਾ ਮੋਰਚੇ ਦਾ ਪ੍ਰਧਾਨ ਉਹਨਾਂ ਵੀ ਕੀਤੀ ਕਮਲ ਚੇਟਲੀ ਨੇ ਵੀ ਕੀਤੀ ਆਰ ਡੀ ਸ਼ਰਮਾ ਡਿਪਟੀ ਮੇਅਰ ਰਿਹਾ ਉਹਨੇ ਵੀ ਕੀਤੀ ਮਾਸਟਰ ਮੋਹਨ ਲਾਲ ਜੀ ਨੇ ਵੀ ਕੀਤੀ ਹੋਰ ਵੀ ਕਈਆਂ ਨੇ ਕੀਤੀ ਕੱਢਿਆ ਤੇ ਹੋਰ ਕਿਸੇ ਨੂੰ ਨਹੀਂ ਇਹ ਰੋਜ਼ ਉਹਨਾਂ ਦੇ ਤਰਲੇ ਕੱਢਦੇ ਜਾ ਕੇ ਪਾਰਟੀ ਵਾਲੇ ਰੋਜ਼ ਉਹਨਾਂ ਨੂੰ ਪਲੋਸਦੇ ਆ ਜਾ ਕੇ ਬਹੁਤ ਚੰਗਾ ਤੁਸੀਂ ਐਲੈਬਰੇਟ ਕੀਤਾ ਜੋਸ਼ੀ ਜੀ ਆਪਾਂ ਨਾ ਹੁਣ ਹੋਰ ਪੰਜਾਬ ਦੇ ਮੁੱਦਿਆਂ 'ਤੇ ਆਉਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਲਾ ਕੇ ਕਾਲਰ ਬਹੁਤ ਸਾਰੇ ਜੁੜ ਗਏ ਆਪਾਂ ਦੇਖਾਂਗੇ ਪਰ ਛੋਟੇ ਮੁੱਦਿਆਂ 'ਤੇ ਗੱਲ ਕਰਦੇ ਹਾਂ ਦਰਸ਼ਕੋ ਸਾਡੇ ਨਾਲ ਜੁੜੇ ਹੋਏ ਨੇ ਮਾਨਯੋਗ ਅਨਿਲ ਜੋਸ਼ੀ ਜੀ ਬਹੁਤ ਸੋਹਣਾ ਐਲੈਬਰੇਟ ਕਰ ਰਿਹਾ ਆਪਦੇ ਬਾਰੇ ਵੀ ਅਤੇ ਕਿਸਾਨੀ ਮੁੱਦਿਆਂ ਬਾਰੇ ਵੀ ਅਤੇ ਪੰਜਾਬ ਦੀ ਭਲਾਈ ਬਾਰੇ ਵੀ ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜਿਹੀ ਬ੍ਰੇਕ ਲਈ ਇੱਦਾਂ ਹੀ ਬਣੇ ਰਹੋ ਜਸ ਪੰਜਾਬੀ 'ਤੇ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਅਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਦਰਸ਼ਕੋ ਆਪਣੇ ਨਾਲ ਜੁੜੇ ਹੋਏ ਨੇ ਮਾਨਯੋਗ ਅਨਿਲ ਜੋਸ਼ੀ ਜੀ ਬਹੁਤ ਸੋਹਣਾ ਐਲੈਬਰੇਟ ਕਰ ਰਹੇ ਜੋਸ਼ੀ ਜੀ ਆਪਣੇ ਨਾਲ ਡਾਕਟਰ ਸਾਹਿਬ ਜੁੜ ਗਏ ਪਹਿਲਾਂ ਉਹਨਾਂ ਦੇ ਵਿਚਾਰ ਲੈ ਲਈਏ ਉਸ ਤੋਂ ਆਪਾਂ ਕੰਟੀਨਿਊ ਕਰਦੇ ਹਾਂ ਜੀ ਡਾਕਟਰ ਬਾਜਵਾ ਤੁਸੀਂ ਔਨ ਏਅਰ ਹੋ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਲਾਲ ਜੀ ਔਰ ਸਤਿ ਸ਼੍ਰੀ ਅਕਾਲ ਆਪਣੇ ਅਨਿਲ ਜੋਸ਼ੀ ਜੀ ਨੂੰ ਵੀ ਬਹੁਤ ਵਿਸਤਾਰ ਨਾਲ ਗੱਲਾਂ ਦੱਸ ਰਹੇ ਹੈ ਜੀ 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 ਔਰ ਚਲੋ ਮੈਂ ਦੋ ਛੋਟੇ ਛੋਟੇ ਸੁਝਾਵ ਰੱਖਣੇ ਉਹਨਾਂ ਨੂੰ ਹੋ ਸਕਦਾ ਵੀ ਉਹਨਾਂ ਨੂੰ ਇਹ ਚੀਜ਼ਾਂ ਫਾਇਦਾ ਦੇਣ ਅਤੇ ਆਪਣੀ ਜਿਹੜੀ ਪ੍ਰੈਜੈਂਟ ਕ੍ਰਾਈਸਿਸ ਚੱਲਦੀ ਹੈ ਐਗਰੀਕਲਚਰ ਦੀ ਉਹਨਾਂ ਵੀ ਹੈਲਪ ਹੋਵੇ ਪਹਿਲੇ ਤਾਂ ਜੋਸ਼ੀ ਸਾਹਿਬ ਨੇ ਜਿਵੇਂ ਅੱਜ ਤੱਕ ਕੀਤਾ ਬਹੁਤ ਅੱਛਾ ਕੀਤਾ ਬੀਜੇਪੀ ਨੂੰ ਵੀ ਪੂਰੀ ਤਰ੍ਹਾਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹਨਾਂ ਦੇ ਮੁੱਦੇ ਤੁਸੀਂ ਸਾਲਵ ਕਰੋ ਪਰ ਅੱਗੋਂ ਆਉਂਦੀ ਹੈ ਬਹੁਤ ਸੁਲਝੇ ਪਾਰਟੀ 'ਚ ਆਪਣੇ ਹੈਗੇ ਹੈ ਸਿਆਸਤਦਾਨ ਮੇਰਾ ਤਾਂ ਇਹਨਾਂ ਨੂੰ ਇਹੀ ਸੁਝਾਓ ਹੈ ਵੀ ਜਿਹੜੀ ਇਹਨਾਂ ਨੇ ਪਾਰਟੀ 'ਚ ਜਾਣਾ ਉਹ ਆਪਣੇ ਸੋਚ ਸਮਝ ਕਰਕੇ ਜਾਣ ਕਿਉਂਕਿ ਜਿਹੜੀਆਂ ਪੁਰਾਣੀਆਂ ਕਈ ਪਾਰਟੀਆਂ ਹੈ ਬੀਜੇਪੀ ਤੋਂ ਇਲਾਵਾ ਇਹ ਕਿਸਾਨੀ ਮੁੱਦੇ ਨੂੰ ਨਾ ਸਾਲਵ ਕਰਨ ਦਾ ਇਹਦੇ ਉੱਤੇ ਅਟੈਂਸ਼ਨ ਨਾ ਦੇਣਾ ਇਹਦੇ 'ਚ ਕਈਆਂ ਪਾਰਟੀਆਂ ਦੀ ਗਲਤੀ ਹੈ ਉਹ ਸਾਡੇ ਨਾਲ ਉਹ ਚੰਗਾ ਜਾਣਦੇ ਹਾਂ ਹੁਣ ਅੱਗੋਂ ਮੈਂ ਇਹਨਾਂ ਨੂੰ ਇਹ ਦੱਸਣਾ ਚਾਹੁੰਦਾ ਅਗਰ ਇਹਨਾਂ ਨੂੰ ਕੋਈ ਕਿਸੇ ਕਿਸਮ ਦੀ ਵੀ ਮਦਦ ਹੋਵੇ ਵੀ ਇਹਨਾਂ ਨੇ ਕੋਈ ਆਪਣੇ ਐਕਸਪਰਟ ਟਾਈਪ ਕੋਈ ਸੁਝਾਵ ਲੈਣਾ ਹੋਵੇ ਲਿਖ ਕੇ ਦੇਣਾ ਹੋਵੇ ਅਸੀਂ ਇਹਨਾਂ ਦੀ ਮਦਦ ਕਰ ਸਕਦੇ ਹਾਂ ਹੁਣ ਇਹ ਹੈ ਜਿਹੜਾ ਇਹ ਪ੍ਰੈਜੈਂਟ ਮੁੱਦਾ ਹੈ ਇਹਨੂੰ ਥੋੜ੍ਹਾ ਜਿਹਾ ਇਸ ਤਰ੍ਹਾਂ ਕਰਕੇ ਦੇਖਣਾ ਚਾਹੀਦਾ ਕਿ ਤਿੰਨ ਮੇਨ ਸੈਕਟਰ ਹੈ ਜਿੱਥੇ ਲੋਕ ਨੌਕਰੀ ਪੇਸ਼ਾ ਆਪਣਾ ਕਰਦੇ ਆ ਇੱਕ ਤਾਂ ਸਰਵਿਸ ਸੈਕਟਰ ਹੈ ਔਰ ਦੂਜਾ ਇੰਡਸਟਰੀ ਸੈਕਟਰ ਔਰ ਤੀਜਾ ਐਗਰੀਕਲਚਰ ਸੈਕਟਰ ਹੈ ਇਹ ਤਿੰਨ ਹੀ ਸੈਕਟਰ ਹੈ ਸਾਰੀ ਦੁਨੀਆ ਵੀ ਸਾਰੇ ਲੋਕ ਇੰਪਲਾਈ ਕੀਤਾ ਬਿਜ਼ਨਸ ਵਿੱਚ ਇੰਡਸਟਰੀ ਅਤੇ ਸਰਵਿਸ ਸੈਕਟਰ ਇੱਕ ਬਹੁਤ ਡਿਫਰੈਂਟ ਤਰ੍ਹਾਂ ਉਹਨੂੰ ਚਲਾਉਣਾ ਅਤੇ ਐਗਰੀਕਲਚਰ ਜਿਹੜਾ ਬਹੁਤ ਡਿਫਰੈਂਟ ਹੈ ਇਹਦੇ ਵਿੱਚ ਜਿਹੜੀਆਂ ਪੰਜ ਛੇ ਚੀਜ਼ਾਂ ਮੈਂ ਆਈਡੈਂਟੀਫਾਈ ਕੀਤੀਆਂ ਉਹ ਮੈਂ ਜੋਸ਼ੀ ਸਾਹਿਬ ਨੂੰ ਦੱਸ ਦਿੰਦਾ ਵੀ ਇਹਦੇ 'ਚ ਛੇ ਏਰੀਏ ਹੈਗੇ ਆ ਜਿਹੜੇ ਐਡਜਸਟ ਕਰਨ ਵਾਲੇ ਇੱਕ ਤਾਂ ਜਿਹੜੀਆਂ ਪ੍ਰਾਈਸਿਸ ਹੈ ਇਹਨਾਂ ਦੀ ਜਿਹੜੀ ਰਿਡਕਸ਼ਨ ਕਰੋ ਇਹਦੇ 'ਚ ਬੜੀ ਵੇਰੀਏਸ਼ਨ ਹੈ ਆਲ ਓਵਰ ਦਾ ਕੰਟਰੀ ਐਂਡ ਇਨ ਬਿਟਵੀਨ ਦਾ ਕਰਾਪਸ ਅੱਗੋਂ ਇਹ ਹੈ ਕਿ ਜਿਹੜੀ ਪ੍ਰੋਕਿਓਰਮੈਂਟ ਸਿਸਟਮ ਹੈ ਇਹਨੂੰ ਇਹ ਯੂਨੀਫਾਰਮ ਕਰਨ ਅਤੇ ਜਿਹੜੀ ਪੀ ਡੀ ਐਸ ਸਕੀਮ ਹੈ ਇਹਨਾਂ ਦੀ ਉਹਨੂੰ ਥੋੜ੍ਹਾ ਜਿਹਾ ਰੀਅਲਾਈਨ ਕਰਨ ਦੁਬਾਰਾ ਚੱਲਦਾ ਅੱਗੋਂ ਜੀ ਇੱਥੇ ਰਿਡਿਊਸ ਕਰੋ ਜਿਹੜਾ ਤੁਹਾਡਾ ਪੋਲੀਟੀਕਲ ਇਨਫਲੂਐਂਸ ਹੈ ਪੋਲੀਟੀਕਲ ਇਨਫਲੂਐਂਸ ਜੇ ਪੋਲੀਟੀਕਲ ਇਕਾਨਮੀ ਨੂੰ ਕੰਟਰੋਲ ਕਰੇ ਤਾਂ ਉਹ ਕੰਮ ਠੀਕ ਨਹੀਂ ਚੱਲੇਗਾ ਸਪੈਸ਼ਲੀ ਇਨ ਐਗਰੀਕਲਚਰ ਅੱਗੋਂ ਜਿਹੜਾ ਟ੍ਰੇਡ ਐਂਡ ਕਾਮਰਸ ਹੈ ਇਹਦਾ ਉਹ ਸਾਰੇ ਸਟੇਕ ਹੋਲਡਰਸ ਵਾਸਤੇ ਈਵਨ ਹੋਣਾ ਚਾਹੀਦਾ ਸਭ ਨੂੰ ਫਾਇਦਾ ਹੋਵੇ ਜ਼ਿਮੀਦਾਰ ਨੂੰ ਵੀ ਟ੍ਰੇਡਰ ਨੂੰ ਵੀ ਇੰਡਸਟਰੀਅਲ ਐਗਰੀਕਲਚਰ ਨੂੰ ਅੱਗੋਂ ਜਿਹੜੀ ਬ੍ਰਿਜ ਦਾ ਜਿਹੜੀ ਸਾਡੀ
ਪ੍ਰੋਡਕਟਿਵਿਟੀ ਹੈ ਡਿਫਰੈਂਟ ਏਰੀਏ ਦੀ ਉਹ ਬੜੀ ਡਿਫਰੈਂਟ ਹੈ ਔਰ ਬੜੀਆਂ ਜੇ ਕਣਕ ਪੰਜਾਬ ਚ ਉਗਾਉਂਦੇ ਆ ਹੋਰ ਤਰ੍ਹਾਂ ਦੂਜੇ ਕਿਤੇ ਹੋਰ ਤਰ੍ਹਾਂ ਸੋ ਉਹ ਜਿਹੜਾ ਗੈਪ ਹੈ ਉਹ ਪੂਰਾ ਕੀਤਾ ਜਾਵੇ ਤੇ ਜਿਹੜੀ ਐਗਜ਼ਿਟ ਪਾਲਿਸੀ ਹੈ ਜੇ ਕੋਈ ਜ਼ਿਮੀਦਾਰ ਇੱਥੋਂ ਨਿਕਲ ਕੇ ਜਾਣਾ ਚਾਹੁੰਦਾ ਹੈ ਉਹਦੇ ਵਾਸਤੇ ਸਾਨੂੰ ਅੱਗੇ ਬਣਾਉਣਾ ਪਏਗਾ ਉਹਨੇ ਨੌਕਰੀ ਕਰਨੀ ਕਿੱਥੇ ਹੈ ਇਹ ਗੱਲਾਂ ਨਾਲ ਨਹੀਂ ਹੋਣੀ ਇਹ ਬੀਜੇਪੀ ਨੂੰ ਵੀ ਪਤਾ ਹੈ ਔਰ ਇਹਨਾਂ ਲੋਕਾਂ ਨੂੰ ਵੀ ਪਤਾ ਔਰ ਮੈਨੂੰ ਇਹ ਖਦਸ਼ਾ ਹੈ ਇਸ ਮੁਸ਼ਕੇ ਇੰਨਾ ਇੰਪੋਰਟੈਂਟ ਮੁੱਦਾ ਹੈ ਇਹ ਮੇਕ ਜਾਂ ਬ੍ਰੇਕ ਕਰ ਦੇਗਾ ਇੰਡੀਅਨ ਕੰਟਰੀ ਨੂੰ ਇਸ ਕਰਕੇ ਪੋਲੀਟੀਸ਼ੀਅਨਾਂ ਨੂੰ ਇਹਨੂੰ ਤਕੜੇ ਤੌਰ 'ਤੇ ਹੱਥ ਪਾਉਣਾ ਚਾਹੀਦਾ ਥੈਂਕ ਯੂ ਜੀ ਧੰਨਵਾਦ ਬਾਜਵਾ ਸਾਹਿਬ ਧੰਨਵਾਦ ਜੋਸ਼ ਸਾਹਿਬ ਇੱਕ ਲਾਸਟ ਕਾਲ ਲੈਂਦੇ ਪਾਲ ਸਿੰਘ ਜੀ ਜੁੜੇ ਹੋਏ ਆਪਾਂ ਉਹਨਾਂ ਦਾ ਲੈ ਕੇ ਅਤੇ ਫਿਰ ਆਪਾਂ ਆਪਣੇ ਵਿਚਾਰ ਰੱਖਾਂਗੇ ਜੀ ਪਾਲ ਸਿੰਘ ਜੀ ਤੁਸੀਂ ਓਨ ਹੋ ਜੋਸ਼ੀ ਸਾਹਿਬ ਜੁੜੇ ਹੋਏ ਨੇ ਆਪਣੇ ਨਾਲ ਹਾਂਜੀ ਗੁਰਲਾਲ ਜੀ ਪਹਿਲੇ ਤਾਂ ਸਭ ਤੋਂ ਤੁਹਾਡਾ ਧੰਨਵਾਦ ਤੇ ਜਸ ਪੰਜਾਬੀ ਦਾ ਧੰਨਵਾਦ ਜੀ 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 ਕਿ ਤੁਸੀਂ ਅੱਜ ਅਨਿਲ ਜੋਸ਼ੀ ਸਾਹਿਬ ਨੂੰ ਆਪਣੇ ਪ੍ਰੋਗਰਾਮ ਵਿੱਚ ਤੀਜੀ ਵਾਰੀ ਲੈ ਕੇ ਆਏ ਹੋ ਆਮ ਨਾਲ ਮਿਸਟੇਕ ਦੂਜੀ ਵਾਰੀ ਜੀ ਧੰਨਵਾਦ ਜੀ ਹਾਂ ਨਹੀਂ ਅੱਛਾ ਤੇ ਮੈਂ ਸਭ ਤੋਂ ਪਹਿਲੇ ਤੇ ਇਹਨਾਂ ਨੂੰ ਕਹਾਂਗਾ ਅਨਿਲ ਜੋਸ਼ੀ ਜੀ ਜਦੋਂ ਤੱਕ ਤੁਸੀਂ ਇਸ ਪ੍ਰੋਗਰਾਮ 'ਚ ਆਏ ਆਮ 75 ਪਲੱਸ ਜੀ ਤੇ ਆਮ ਰਿਟਾਇਰਡ ਓਲਡ ਪਰਸਨ ਫਰੋਮ ਇੰਡੀਆ ਤੇ ਮੈਂ ਪੰਜਾਬੀ ਨਾਲ ਪੰਜਾਬੀਅਤ 'ਚ ਤੇ ਤੁਹਾਡਾ ਸ਼ਾਇਦ ਮੈਂ ਨਾ ਇਹ ਕਹਾਂ ਕਿ ਮੈਂ ਤੁਹਾਡਾ ਨਾਮ ਹੀ ਨਹੀਂ ਸੁਣਿਆ ਪਰ ਨਾਓ ਯੂ ਹੈਵ ਬਿਕਮ ਅ ਇੰਟਰਨੈਸ਼ਨਲ ਸਪੀਕਰ ਜੀ ਕਿਉਂ ਇਸ ਕਰਕੇ ਕਿ ਮੈਂ ਪੰਨੂ ਸਾਹਿਬ ਜਤਿੰਦਰ ਪੰਨੂ ਸਾਹਿਬ ਦਾ ਮੈਂ ਨਾਮ ਹੀ ਲੈਣਾ ਚਾਹਾਂਗਾ ਉਹਨਾਂ ਨੇ ਇੱਕ ਆਪਣੇ ਸ਼ੋਅ ਜੀ ਤੁਹਾਡੀ ਤਾਰੀਫ ਕੀਤੀ ਜੀ ਦੈਨ ਆਈ ਸਾਹ ਕਿ ਇੱਥੇ ਤੁਸੀਂ ਆਏ ਜੋ ਤੁਸੀਂ ਇੱਕ ਮੇਰੇ ਤਿੰਨ ਕਾਨੂੰਨਾਂ ਬਾਰੇ ਮੈਂ ਥੋੜ੍ਹਾ ਜਿਹਾ ਡਾਊਟ ਸੀ ਕਿ ਮੈਂ ਕਿਸਾਨ ਨਹੀਂ ਹੈਗਾ ਜੀ 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 ਪਰ ਤੁਸੀਂ ਇੱਕ ਗੱਲ ਕਹੀ ਜਦ ਤੱਕ ਕੈਪੀਟਲ ਇਸ ਖੇਤੀ 'ਚ ਨਹੀਂ ਆਏਗਾ ਖੇਤੀ ਪ੍ਰੋਗਰੈਸ ਨਹੀਂ ਕਰ ਸਕਦੀ ਜੀ ਜੀ ਪਾਲ ਸਿੰਘ ਬਟ ਹਾਊ ਸ਼ੁੱਡ ਇਟ ਕਮ ਵਾਈ ਸ਼ੁੱਡ ਇਟ ਕਮ ਜੀ ਤੁਸੀਂ ਬੜਾ ਥੋੜ੍ਹੀ ਤਰ੍ਹਾਂ ਐਕਸਪਲੇਨ ਕੀਤਾ ਸਿੱਧੀ ਗੱਲ ਕਹੀ ਕਿ ਬੈਠ ਕੇ ਗੱਲ ਕਰੋ ਜੀ 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 ਤੇ ਗੱਲ ਕੌਣ ਕਰੇ ਜੋ ਉਹਨਾਂ ਦਾ ਇੱਕੋ ਹੈਗਾ ਜੀ ਉਹਨਾਂ ਨੂੰ ਅੰਬਾਨੀ ਤੇ ਅਡਾਨੀ ਨੂੰ ਸੌਂਪ ਦਿਓ ਸਾਰਾ ਕੁਛ ਜੀ ਵੀ ਆਰ ਆਲ ਬਿਹਾਇੰਡ ਯੂ ਜਸ ਪੰਜਾਬੀ ਜਸ ਯੂ ਹੈਵ ਬਿਕਮ ਐਨ ਇੰਟਰਨੈਸ਼ਨਲ ਸਪੀਕਰ ਕਿਉਂਕਿ ਤੁਹਾਨੂੰ ਕਨਸੈਪਟ ਕਲੀਅਰ ਹੈ ਜੀ ਜੀ ਕਿ ਤੁਸੀਂ ਹਮੇਸ਼ਾ ਲੜਦੇ ਰਹੇ ਹੋ ਤੇ ਮੈਂ ਸਾਰੀ ਗੱਲਾਂ 'ਚ ਨਹੀਂ ਜਾਣਾ ਚਾਹੁੰਦਾ ਤੇ ਮੈਂ ਤਾਂ ਕਹਾਂਗਾ ਦਾ ਹੋਲ ਵਰਲਡ ਕਿਉਂਕਿ ਤੁਸੀਂ ਪੰਜਾਬੀ ਪੰਜਾਬੀ ਤੁਹਾਨੂੰ ਕਨਸੈਪਟ ਕਲੀਅਰ ਹੈ ਤੁਸੀਂ ਪੰਜਾਬੀਅਤ ਵਾਸਤੇ ਲੜ ਰਹੇ ਹੋ ਪੰਜਾਬ ਵਾਸਤੇ ਲੜ ਰਹੇ ਹੋ ਸੱਚ ਤੁਹਾਡੇ ਨਾਲ ਹੈ ਜੀ 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 ਤੇ ਵਨ ਡੇ ਤੇ ਤੁਸੀਂ ਉਹਦੇ 'ਚ ਘਬਰਾਉਣਾ ਨਹੀਂ ਕਿ ਹੋ ਸਕਦਾ ਯੂ ਕੈਨ ਅੰਗਰੇਜ਼ੀ ਦੀ ਕਹਾਵਤ ਹੈ ਯੂ ਕੈਨ ਮੇਕ ਅ ਫੂਲ ਆਫ ਸਮ ਪੀਪਲ ਫਾਰ ਸਮ ਟਾਈਮ ਆਲ ਦਾ ਪੀਪਲ ਫਾਰ ਆਲ ਦਾ ਟਾਈਮ ਬਟ ਯੂ ਕੈਨ ਮੇਕ ਫੂਲ ਆਫ ਆਲ ਦਾ ਪੀਪਲ ਫਾਰ ਸਮ ਟਾਈਮ ਬਟ ਯੂ ਕੈਨ ਨਾਟ ਮੇਕ ਫੂਲ ਆਫ ਆਲ ਦਾ ਪੀਪਲ ਫਾਰ ਆਲ ਦਾ ਟਾਈਮ ਦੈਟਸ ਵਾਟ ਇਜ਼ ਹੈਪਨਿੰਗ ਆਈ ਵਿਲ ਸਲੂਟ ਯੂ ਕਿ ਤੁਸੀਂ ਬਹੁਤ ਪੰਜਾਬੀ ਤੇ ਪੰਜਾਬੀ ਜਿਹੜੀ ਸੇਵਾ ਕਰ ਰਹੇ ਹੋ ਇਸ ਤੁਸੀਂ ਇੱਕ ਇੰਟਰਨੈਸ਼ਨਲ ਸਪੀਕਰ ਬਣ ਚੁੱਕੇ ਹੋ ਜੀ ਜੀ ਤੁਹਾਡਾ ਨਾਂ ਹੁਣ ਘਰ ਘਰ 'ਚ ਪੰਜਾਬੀਆਂ 'ਚ ਪਹੁੰਚ ਚੁੱਕਾ ਹੈ ਜੀ 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 ਔਰ ਤੁਸੀਂ ਸੱਚਾਈ ਸੱਚ ਦੀ ਲੜਾਈ ਲੜ ਰਹੇ ਹੋ ਆਈ ਵਿਸ਼ ਯੂ ਬੈਸਟ ਆਫ ਲੱਕ ਬੈਸਟ ਆਫ ਲੱਕ ਥੈਂਕ ਯੂ ਪਾਲ ਸਿੰਘ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਪਾਲ ਸਿੰਘ ਜੀ ਜੋਸ਼ੀ ਸਾਹਿਬ ਪਹਿਲਾਂ ਬਾਜਵਾ ਸਾਹਿਬ ਸੀ ਫਿਰ ਪਾਲ ਸਿੰਘ ਜੀ ਸੀ ਕਾਲਾਂ ਬਹੁਤ ਜੁੜੀਆਂ ਆਪਾਂ ਹੁਣ ਹੋਰ ਕਾਲ ਨਹੀਂ ਲੈਣੀ ਆਪਣੇ ਕੋਲ ਕਰੀਬ 8 ਮਿੰਟ ਪਏ ਆ ਤੁਸੀਂ ਖੁੱਲ੍ਹ ਕੇ ਇਹਨਾਂ ਬਾਰੇ ਦੱਸੋ 8 ਮਿੰਟਾਂ 'ਚ ਅਤੇ ਫਿਰ ਇੱਕ ਤੁਹਾਨੂੰ ਫਿਰ ਆਉਣਾ ਪੈਣਾ ਕੁਐਸਚਨ ਇੱਥੇ ਬਹੁਤ ਪਏ ਸੀ ਹਲੇ ਪਹਿਲਾਂ ਇਹਨਾਂ ਬਾਰੇ ਦੱਸੋ ਫਿਰ ਜੇ ਟਾਈਮ ਹੋਇਆ ਤਾਂ ਆਪਾਂ ਕੁਐਸਚਨ ਹੋਰ ਪਾਲ ਸਿੰਘ ਜੀ ਬਾਰੇ ਪਹਿਲਾਂ ਤਾਂ ਮੈਂ ਇਹੀ ਗੱਲ ਗੁਰਲਾਲ ਜੀ ਕਹੀ ਸੀ ਨਾ ਵੀ ਜਿਹੜੀ ਇਹ ਇੱਜ਼ਤ ਮਾਣ ਜਿਹੜਾ ਵਾ ਮੈਨੂੰ ਇਹਨੇ ਇਸ ਇਸ਼ੂ ਜਿਹੜਾ ਮੈਂ ਪੰਜਾਬ ਬਾਰੇ ਲਿਆ ਜਾਂ ਮੈਂ ਪੰਜਾਬ ਦੇ ਲੋਕਾਂ ਬਾਰੇ ਖੜਾ ਹੋਇਆ ਜਾਂ ਪੰਜਾਬ ਪੰਜਾਬੀਅਤ ਬਾਰੇ ਖੜਾ ਹੋਇਆ ਪੰਜਾਬ ਦੇ ਮੁੱਦਿਆਂ ਬਾਰੇ ਖੜਾ ਹੋਇਆ ਅਤੇ ਮੈਂ ਨਾਲ ਇਹ ਵੀ ਕਿਹਾ ਸੀ ਵੀ ਕੋਈ ਵੀ ਹਿੰਦੂ ਜਿਹੜਾ ਵਾ ਉਹ ਆਪਣੇ ਆਪ ਨੂੰ ਪਿੱਛੇ ਨਾ ਗਿਣੇ ਜਿਹੜਾ ਪੰਜਾਬ 'ਚ ਰਹਿਣ ਵਾਲਾ ਹਿੰਦੂ ਆ ਉਹਦਾ ਵੀ ਓਨਾ ਹੀ ਫਰਜ਼ ਬਣਦਾ ਪੰਜਾਬ ਦੇ ਮੁੱਦਿਆਂ ਦੇ ਉੱਤੇ ਖੜੇ ਹੋਣਾ ਅਤੇ ਇਹਦਾ ਵੀ ਮੈਨੂੰ ਫੋਨੀਕਲੀ ਬਹੁਤ ਸਮਰਥਨ ਮਿਲਿਆ ਅਤੇ ਮੈਨੂੰ ਬਹੁਤ ਸਾਰੇ ਪੰਜਾਬ ਦੇ ਲੀਡਿੰਗ ਹਿੰਦੂਜ਼ ਦੇ ਫੋਨ ਆਏ ਵੀ ਬਿਲਕੁਲ ਤੁਹਾਡੀ ਗੱਲ ਸਹੀ ਆ ਅਸੀਂ ਪੰਜਾਬ ਦੇ ਮੁੱਦਿਆਂ 'ਤੇ ਨਾਲ ਆ ਕਿਉਂਕਿ ਆਮ ਤੌਰ 'ਤੇ ਇੱਕ ਜਿਹੜੀ ਆ ਨਾ ਮਿੱਥ ਜੀ ਬਣ ਗਈ ਸੀ ਵੀ ਜੇ ਪੰਜਾਬ ਦੀ ਕੋਈ ਐਜੀਟੇਸ਼ਨ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੇ ਕੋਈ ਹੋਰ ਮੁੱਦਿਆਂ ਦੀ ਕਿਸਾਨੀ ਦੀ ਕੋਈ ਵੀ ਉੱਠਦੀ ਆ ਅਤੇ ਇਹਦੇ 'ਚ ਆਪਾਂ ਪਿੱਛੇ ਹੋ ਜਾਂਦੇ ਹਾਂ ਵੀ ਇਹ ਦੂਜੀ ਕਮਿਊਨਿਟੀ ਦਾ ਐਜੀਟੇਸ਼ਨ ਹੈ ਜਾਂ ਅੰਦੋਲਨ ਆ
ਤੇ ਜੀ ਉਹਦੇ 'ਚ ਮੈਨੂੰ ਇਹ ਜਿਹੜਾ ਵਾ ਇਹਦੇ 'ਚ ਬੜਾ ਐਪਰੀਸ਼ੀਏਟ ਕੀਤਾ ਇੱਥੋਂ ਦੇ ਪੰਜਾਬ ਦੇ ਹਿੰਦੂਆਂ ਨੇ ਵੀ, ਤੇ ਮੈਂ ਇਸ ਗੱਲ ਦੀ ਮੈਨੂੰ ਖੁਸ਼ੀ ਆ ਵੀ ਮੈਂ ਉਹਨਾਂ ਨੂੰ ਇਹ ਕਨਵਿੰਸ ਕਰਨ ਦੇ ਵਿੱਚ ਕਾਮਯਾਬ ਹੋਇਆ ਵੀ ਇਹ ਪੰਜਾਬ ਨਾ ਹਿੰਦੂਆਂ ਦਾ ਨਾ ਸਿੱਖਾਂ ਦਾ, ਇਹ ਲੜਾਈ ਸਾਂਝੀ ਆ, ਤੇ ਜੇ ਸਾਂਝੀ 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 ਲੜਾਈ ਅਸੀਂ ਲੜਾਂਗੇ ਨਾ ਤੇ ਵੱਡੀ ਤਾਕਤ ਬਣ ਕੇ ਲੜ ਸਕਦੇ ਹਾਂ। ਜੀ ਜੀ ਇਸ ਕਰਕੇ ਮੈਂ ਇਹ ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਨਾ, ਮੈਂ ਪੰਜਾਬ ਦੀ ਗੱਲ ਕੀਤੀ ਹੈ ਤੇ ਮੈਨੂੰ ਜਿਹੜੀ ਇੱਜ਼ਤ ਜੋ ਮਾਣ ਜੋ ਪਾਲ ਸਿੰਘ ਜੀ ਨੇ ਵੀ ਜੋ ਕਿਹਾ, ਜੀ 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 ਇਹ ਤੋਂ ਉੱਪਰ ਕਿੱਥੇ ਹੈਗੀ ਮਿਨਿਸਟਰੀ, ਇਹ ਤੋਂ ਉੱਪਰ ਕੀ ਐਮਐਲਏਸ਼ਿਪ ਆ, ਕੀ ਜੀ ਜੀ ਆਪਾਂ ਲੜ ਕੇ ਆਪਾਂ ਕੰਮ ਕਰ ਲਿਆ, ਆਪਾਂ ਇੱਥੇ ਲੋਕਾਂ ਨੂੰ ਕੰਮ ਕਰਕੇ, ਮੈਂ ਤਾਂ ਪ੍ਰੂਵ ਕਰਕੇ ਵਿਖਾਇਆ ਜੀ ਜੀ ਮਿਨਿਸਟਰ ਜੀ ਬਣੇ 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 ਹੋਣਗੇ। ਤੁਸੀਂ ਕਿਸੇ ਨੂੰ ਵੀ ਇੱਥੇ ਪੰਜਾਬ ਦੇ ਵਿੱਚ ਮੇਰੇ ਡਿਪਾਰਟਮੈਂਟ 'ਚ ਪੁਰਾਣੇ 'ਚ ਜਿਹੜੇ ਡਿਪਾਰਟਮੈਂਟ ਇੰਡਸਟਰੀ ਰਹੀ ਲੋਕਲ ਗਵਰਨਮੈਂਟ ਰਹੀ ਮੇਰੇ ਕੋਲ, ਮੈਂ ਅੰਮ੍ਰਿਤਸਰ ਦੇ ਵਿੱਚ ਪ੍ਰੈਕਟੀਕਲੀ ਇੱਥੋਂ ਦਾ ਐਮਐਲਏ ਸੀ, ਇੱਥੋਂ ਦਾ ਕੰਮ ਕੀਤਾ, ਅਸੀਂ ਯੂਰਪ ਬਣਾਤਾ ਇਹਨੂੰ ਅੰਮ੍ਰਿਤਸਰ ਨੂੰ, ਕਿਉਂਕਿ ਡਿਪਾਰਟਮੈਂਟ ਮੇਰੇ ਕੋਲ ਸੀ ਜੀ ਜੀ ਲੋਕਲ ਜੀ ਗਵਰਨਮੈਂਟ, ਮਤਲਬ ਸ਼ਹਿਰੀ ਡਿਵੈਲਪਮੈਂਟ ਦਾ ਡਿਪਾਰਟਮੈਂਟ, ਤੇ ਅਸੀਂ ਇਹਨੂੰ ਯੂਰਪ ਵਰਗਾ ਐਂਡ ਟੂ ਐਂਡ ਵਾਲ ਟੂ ਵਾਲ ਜਗਮਗ ਜਗਮਗ ਕਰਦਾ, ਸਰਵੇਲੈਂਸ ਕੈਮਰੇ ਲੱਗੇ ਆ, ਮਕੈਨੀਕਲ ਸਵੀਪਿੰਗ ਮਸ਼ੀਨਾਂ ਸਵੀਪ ਕਰਦੀਆਂ ਪਈਆਂ, ਸੜਕਾਂ ਸਾਫ਼ ਕਰਦੀਆਂ, ਫੁੱਟਪਾਥ ਧੁੱਪਦੇ ਪਏ ਆ, ਇਸ ਤਰ੍ਹਾਂ ਕਰਕੇ ਮਤਲਬ ਇੰਨਾ ਕੁ ਵਧੀਆ ਬਾਗ ਬਗੀਚੇ, ਓਪਨ ਏਅਰ ਜਿਮ, ਲੇਜ਼ਰ ਸ਼ੋ, ਮਿਊਜ਼ੀਕਲ ਫਾਊਂਟੇਨ, ਇੰਨਾ ਕੁ ਕੰਮ ਕਰ ਦਿੱਤਾ ਵੀ ਉਹਦੀ ਤਸੱਲੀ ਆ। ਤੇ ਅੱਜ ਦੀ ਲੋੜ ਡੇਟ ਦੇ ਵਿੱਚ ਵੀ ਲੋਕੀ ਯਾਦ ਕਰਦੇ ਆ, ਤੇ ਜੋ ਮੈਂ ਹਾਰਿਆ ਸੀ ਉਹ ਪਛਤਾਉਣਾ ਸ਼ੁਰੂ ਕਰਤਾ 3 ਮਹੀਨਿਆਂ ਬਾਅਦ। ਮੈਂ ਇਹ ਇੱਜ਼ਤ ਜਿਹੜੀ ਆ ਮੈਨੂੰ ਬਾਹਰੋਂ ਦੁਨੀਆ 'ਚੋਂ ਮਿਲਦੀ ਪਈ ਆ, ਮੈਂ ਇਸ ਤੋਂ ਉੱਪਰ ਨਹੀਂ, ਮੈਂ ਤਦ ਕਰਕੇ ਹੀ ਆਉਂਦਾ, ਮੈਨੂੰ ਅੱਜ ਦੀ ਡੇਟ ਸਮਝ ਨਹੀਂ ਆਉਂਦੀ ਵੀ ਮੈਂ ਇਲੈਕਸ਼ਨ ਕਈ ਵਾਰੀ ਸੋਚਦਾ ਲੜਾਂ ਕੇ ਰਹਿਣ ਦਾ, ਜੀ ਜੀ ਪਰ ਇਹ ਆ ਵੀ ਜਿਹੜੇ ਸਾਥੀ ਨਾਲ ਜੁੜੇ ਹੁੰਦੇ ਆ ਜੇ ਕੰਮ ਕਰਨਾ ਫਿਰ ਪਾਵਰ ਚਾਹੀਦੀ ਆ, ਗੱਲਾਂ ਨਾਲ ਤੇ ਕੰਮ ਨਹੀਂ ਹੋਣਾ, ਤੇ ਨਾ ਹੀ ਕੋਈ ਜੇ ਇੰਨੇ ਕਿਸਾਨਾਂ ਦੀ ਨਹੀਂ ਕੋਈ ਸੁਣਦਾ ਪਿਆ ਪਾਵਰ ਤੋਂ ਬਗੈਰ, ਜੀ 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 ਲੱਖਾਂ ਦੀ ਗਿਣਤੀ 'ਚ ਬੈਠੇ ਆ, ਤੇ ਮੇਰੇ ਵਰਗਾ ਬੰਦਾ ਵਿਧਾਨ ਸਭਾ 'ਚ ਨਹੀਂ ਜਾਊਗਾ, ਪਾਰਲੀਮੈਂਟ 'ਚ ਨਹੀਂ ਜਾਊਗਾ, ਤੇ ਕਿੱਥੋਂ ਲੜਾਈ ਲੜ ਪਾਵਾਂਗੇ। ਇਹੀ ਗੱਲ ਮੈਨੂੰ ਜਿਹੜੀ ਆ ਨਾ ਕਿ ਮੈਂ ਤਾਕਤ ਹੋਊਗੀ ਤੇ ਮੈਂ ਲੋਕਾਂ ਦੀ ਲੜਾਈ ਹੋਰ ਮੁਖਰ ਹੋ ਕੇ ਹੋਰ ਸਟੈਂਡ ਲੈ ਕੇ ਲੜ ਸਕੂੰਗਾ। ਮੈਂ ਇਸ ਕਰਕੇ ਮੈਂ ਇਹਨਾਂ ਦੇ ਸ਼ਬਦਾਂ ਦਾ ਵੀ ਪਾਲ ਸਿੰਘ ਜੀ ਦੇ ਧੰਨਵਾਦ ਕਰਦਾ, ਇਹਨਾਂ ਨੇ ਇਹ ਇਹਦੇ ਨਾਲ ਮਨੋਬਲ ਵੱਧਦਾ, ਨਰਜੀ ਵੱਧਦੀ ਹੈ, ਸਾਡੀ ਇਹੀ ਤਾਕਤ ਆ, ਲੋਕ ਹੀ ਸਾਡੀ ਤਾਕਤ ਆ, ਲੋਕਾਂ ਦੀ ਸ਼ਾਬਾਸ਼ ਹੀ ਸਾਡੀ ਤਾਕਤ ਆ। ਡਾਕਟਰ ਪੰਨੂ ਜੁੜ ਗਏ, ਆਪਾਂ ਉਹਨਾਂ ਦੇ ਵਿਚਾਰ ਲੈ ਲਈਏ। ਜੀ ਡਾਕਟਰ ਪੰਨੂ, ਬਹੁਤ ਬਹੁਤ ਸਵਾਗਤ ਜੀ, ਆਪਣੇ ਕੋਲ ਇੱਕ 1.5 ਮਿੰਟ ਹੀ ਰਹਿ ਗਿਆ, ਹੁਕਮ ਲਾਓ ਜੀ, ਤੁਹਾਡੀ ਕੀ ਕੁਐਸਚਨ ਹੈ? ਜੋਸ਼ੀ ਸਾਹਿਬ ਜੁੜੇ ਹੋਏ ਆ। ਹਾਂਜੀ, ਜੋਸ਼ੀ ਸਾਹਿਬ ਨੂੰ ਇਹੀ ਕੁਐਸਚਨ ਹੈ ਕਿ ਤਰਨ ਤਾਰਨ ਡਿਸਟ੍ਰਿਕਟ, ਅੰਮ੍ਰਿਤਸਰ ਡਿਸਟ੍ਰਿਕਟ, ਜੇ ਬਾਰਡਰ ਏਰੀਆ, ਇਹਨਾਂ ਦੀ ਐਜੂਕੇਸ਼ਨ ਦੇ ਸਿਸਟਮ ਬਾਰੇ ਕੀ ਸੋਚਦੇ ਨੇ? ਬੜੇ ਬੈਕਵਰਡ ਡਿਸਟ੍ਰਿਕਟ ਹੋ ਗਏ ਪੰਜਾਬ ਦੇ ਮੁਕਾਬਲੇ 'ਚ, ਕੀ ਕਹਿਣਾ ਚਾਹੁੰਦੇ? ਜੀ ਜੀ ਜੀ, ਬਹੁਤ ਬਹੁਤ ਧੰਨਵਾਦ। ਸੁਣੋ ਜੀ ਪੰਨੂ ਜੀ। ਜੀ ਜੀ ਜੋਸ਼ੀ ਸਾਹਿਬ, ਹਾਂ ਬਿਲਕੁਲ ਜੀ, ਇਹ ਐਜੂਕੇਸ਼ਨ ਸਿਸਟਮ, ਇੱਕ ਹੈਲਥ ਅਤੇ ਐਜੂਕੇਸ਼ਨ, ਦੋ ਮੇਜਰ ਪਾਰਟ ਆ ਜਿਹੜੇ ਸਰਕਾਰ ਨੂੰ ਇੰਨੇ ਇੱਕ ਵਧੀਆ ਲੈਵਲ ਦੇ ਉੱਤੇ ਲੈ ਕੇ ਜਾਣੇ ਚਾਹੀਦੇ ਆ ਵੀ ਜਿਹਦਾ ਕੋਈ ਮਤਲਬ ਜਿਹੜਾ ਜੇ ਫ੍ਰੀ ਬਾਕੀ ਚੀਜ਼ਾਂ ਵੰਡਣ ਨਾਲੋਂ ਫ੍ਰੀ, ਜੇ ਗਰੀਬਾਂ ਵਾਸਤੇ ਸਭ ਵਾਸਤੇ ਐਜੂਕੇਸ਼ਨ ਜਿਹੜੀ ਫ੍ਰੀ ਹੋ ਜੇ, ਹੈਲਥ ਦਾ ਸਿਸਟਮ ਸਾਰਾ ਫ੍ਰੀ ਹੋ ਜੇ, ਕਿ ਲੋਕਾਂ ਦਾ ਇਲਾਜ ਫ੍ਰੀ ਹੋ ਜੇ ਅਤੇ ਐਜੂਕੇਸ਼ਨ ਫ੍ਰੀ ਹੋ ਜੇ, ਅਤੇ ਹਾਇਰ ਐਜੂਕੇਸ਼ਨ ਤੱਕ ਜਿਹੜੇ ਲੋਕ ਪੜ੍ਹਨਾ ਚਾਹੁੰਦੇ ਆ, ਜਿਹੜੇ ਸਕਾਲਰਸ ਨੇ, ਜਿਹੜੇ ਮੈਰਿਟ ਚਾਹੁੰਦੇ ਆ, ਉਹਨਾਂ ਨੂੰ ਸਰਕਾਰ ਆਪ ਲੈ ਕੇ ਜਾਵੇ ਅਤੇ ਇਸ ਪੰਜਾਬ ਦਾ ਜਿਹੜਾ ਇੰਟਲੈਕਚੁਅਲ ਲੈਵਲ ਆ, ਜਿਹੜਾ ਇੱਥੋਂ ਇੰਟਲੈਕਚੁਅਲ ਨਿਕਲ ਕੇ ਪੂਰੀ ਦੁਨੀਆ 'ਚ ਅੱਗੇ ਸਰਵ ਕਰਦੇ ਪਏ ਆ, ਪੰਜਾਬੀ ਡਾਕਟਰ, ਪੰਜਾਬੀ ਇੰਜੀਨੀਅਰ, ਪੰਜਾਬੀ ਆਈਟੀ ਇੰਜੀਨੀਅਰ, ਸਾਰੇ ਦੁਨੀਆ ਦੇ ਵਿੱਚ ਕੰਮ ਕਰਦੇ ਪਏ ਆ, ਐਸੀ ਗੱਲ ਨਹੀਂ ਗੀ, ਦੇਸ਼ ਦੇ ਵੀ ਆ ਪੂਰੇ ਦੇ, ਪਰ ਸਾਨੂੰ ਜਿਹੜਾ ਅਸੀਂ ਜਿਸ ਸੂਬੇ 'ਚ ਰਹਿੰਦੇ ਉਹਦੇ 'ਤੇ ਮਾਣ ਆ, ਅਤੇ ਅਸੀਂ ਇਹਦਾ ਜੋ ਸੁਧਾਰ ਜਿਹੜਾ ਵਾ ਉਹ ਹੋਣਾ ਚਾਹੀਦਾ ਵਾ, ਉਹ ਅੱਜ ਤੱਕ ਨਹੀਂ ਹੋਇਆ, ਕਿਉਂਕਿ ਜਿਹੜੇ ਵੀ ਸਰਕਾਰਾਂ ਬਣੀਆਂ ਉਹਨਾਂ ਨੇ ਵਾਅਦੇ ਕੀਤੇ, ਉਸ ਤੋਂ ਬਾਅਦ ਹਾਲ ਉਹੀ ਰਿਹਾ। ਸਕੂਲਾਂ ਦਾ ਜਿਹੜਾ ਸਿਸਟਮ, ਜਿੰਨੇ ਦੂਜੇ, ਚਲੋ ਮੇਰੇ ਵੀ ਬੱਚੇ ਸਭ, ਕਿਉਂਕਿ ਇੱਕ ਸਿਸਟਮ ਹੀ ਨਹੀਂ ਬਣਿਆ, ਅਸੀਂ ਵੀ ਆਪਣੇ ਬੱਚੇ ਜਿਹੜੇ ਆ ਉਹ ਕਾਨਵੈਂਟ ਸਕੂਲਾਂ ਦੇ ਵਿੱਚ, ਪਬਲਿਕ ਸਕੂਲਾਂ ਦੇ ਵਿੱਚ ਮਹਿੰਗੀਆਂ ਫੀਸਾਂ, ਹੁਣ ਗਰੀਬ ਆਦਮੀ ਕਿੱਥੋਂ ਦੇਵੇ? ਉਸ ਲੈਵਲ ਦੇ ਸਰਕਾਰੀ ਸਕੂਲ ਬਣਨੇ ਚਾਹੀਦੇ ਆ, ਐਜੂਕੇਸ਼ਨ ਲੈਵਲ ਜਿਹੜਾ ਵਾ ਉਹ ਤੁਹਾਨੂੰ ਦੱਸਿਆ ਅਪ ਹੋਣਾ ਚਾਹੀਦਾ, ਨਾਲ ਐਜੂਕੇਸ਼ਨ ਜਿਹੜੀ ਆ ਉਹ ਜਿਹੜੇ ਪੇ ਕਰ ਸਕਦੇ ਆ ਉਹਨਾਂ ਕੋਲ ਲਓ, ਗਰੀਬ ਨੂੰ ਓਨੀ ਫੈਸਿਲਿਟੀ ਜਿਹੜੀ ਆ ਉਹ ਫ੍ਰੀ ਦੇਣੀ ਬਣਦੀ ਆ, ਅਤੇ ਹੈਲਥ ਦਾ ਵੀ ਇਸ ਤਰ੍ਹਾਂ ਦਾ ਹੀ ਆ, ਮਹਿੰਗਾ ਇਲਾਜ ਜਿਹਦੇ ਕੋਲ ਪੈਸੇ ਅੱਗੇ ਕਰਾ ਸਕਦਾ ਪ੍ਰਾਈਵੇਟ 'ਚ, ਗਰੀਬ ਆਦਮੀ ਦਾ ਰੁਲ ਜਾਂਦਾ ਵਾ ਇੱਥੇ ਆ, ਕੋਵਿਡ ਦੇ ਵਿੱਚ ਵੀ ਇਹਦਾ ਬਹੁਤ ਵੱਡਾ ਤੁਸੀਂ ਐਗਜ਼ਾਮਪਲ ਦੇਖ ਹੀ ਲਿਆ ਹੋਣਾ, ਓਲੰਪਿਕ ਦੇ ਵਿੱਚ, ਓਲੰਪਿਕ ਦੇ ਵਿੱਚ ਆਪਣਾ ਗੁਆਂਢੀ ਸੂਬਾ, ਕਦੇ ਪੰਜਾਬ ਦਾ ਪਾਰਟ ਹੁੰਦਾ ਸੀ ਹਰਿਆਣਾ, ਕਿੰਨੇ ਬੱਚੇ ਕਾਫੀ ਅੱਗੇ ਜਾ ਰਹੇ, ਤੁਸੀਂ ਦੇਖਿਆ ਹੋਣਾ, ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਜੋਸ਼ੀ ਜੀ। ਉਦੋਂ ਬਾਅਦ ਆਪਾਂ ਕਿਸੇ ਨੂੰ ਮਾੜਾ ਨਹੀਂ ਕਰ ਰਹੇ, ਆਪਣੇ ਹਾਕੀ ਦੇ ਵਿੱਚ ਮੁੰਡੇ ਨੇ ਮਨਪ੍ਰੀਤ ਨੇ ਮਿੱਠਾਪੁਰ ਤੋਂ ਜਾਂ ਹੋਰ ਜਿਹੜੇ ਆ ਨਾ, ਬਹੁਤ ਵਧੀਆ ਉਹਨਾਂ ਨੇ ਆਪਦਾ ਪ੍ਰਦਰਸ਼ਨ, ਉਹ ਕੁਆਟਰ ਫਾਈਨਲ, ਹਾਂਜੀ ਕੁਆਟਰ ਫਾਈਨਲ ਲਈ ਆਲਰੇਡੀ ਕੁਆਲੀਫਾਈ ਕਰ ਚੁੱਕੇ ਨੇ ਉਹ, ਤੇ ਵਧਾਈ ਦੇ ਪਤਨੇ, ਮਾੜਾ ਚੰਗਾ ਨਹੀਂ ਕਰ ਰਹੇ, ਪਰ ਦੇਖੋ ਜੋ ਫੈਸਿਲਿਟੀ ਹਰਿਆਣਾ ਗਵਰਨਮੈਂਟ ਨੇ ਬੱਚਿਆਂ ਨੂੰ ਦਿੱਤੀ ਉਹ ਕਿੱਥੇ ਲੈ ਕੇ ਜਾ ਰਹੀ ਬੱਚਿਆਂ ਨੂੰ। ਜੋਸ਼ੀ ਸਾਹਿਬ, ਜੇ ਮੈਂ ਹੁਣ ਬਿਜਲੀ ਦੇ ਮੁੱਦਿਆਂ 'ਤੇ ਆਵਾਂ, ਅਤੇ ਖਾਸ ਕਰਕੇ ਤੁਹਾਡੇ ਪੁਰਾਣਾ
ਭਾਈਚਾਰਾ ਭਾਈ ਸਾਹਿਬ ਤੁਹਾਡੇ ਜਿਹੜੇ ਚੰਗੇ ਦੋਸਤ ਨਵਜੋਤ ਸਿੱਧੂ ਦੇ ਮੁੱਦਿਆਂ ਤੇ ਆਵਾਂ ਤਾਂ ਆਪਣੇ ਕੋਲ ਵਕਤ ਨਹੀਂ ਹੈ, ਉਹ ਕਿਸੇ ਦਿਨ ਫੇਰ ਲਾਵਾਂਗੇ ਆਪਾਂ। ਅਖੀਰ ਦੇ ਵਿੱਚ ਆਪਣੇ ਕੋਲ 2-3 ਮਿੰਟ ਹੈ, ਤੁਸੀਂ ਕੀ ਕਹਿਣਾ ਚਾਹੋਗੇ NRI ਜਿਹੜੀ ਬੈਲਟ ਹੈ ਇੱਥੇ? ਦੇਖੋ ਆਪਣਾ ਜਿਹੜੇ ਪੋਲਿਟਿਕਸ ਜਿਹੜੀ ਕਾਂਗਰਸ ਦੀ ਚੱਲਦੀ ਪਈ ਆ, ਸਿੱਧੂ ਸਾਹਿਬ ਨੂੰ ਪ੍ਰਧਾਨ ਬਣਾਇਆ, ਜਿੰਨਾ ਕੁਛ ਇਹਨਾਂ ਨੇ ਅਸਲੀ ਗੱਲਾਂ ਜਿਹੜੀਆਂ ਵਾ ਨਾ ਉਹ ਇਹ ਛੱਡੀ ਜਾਂਦੇ ਆ। ਨਸ਼ੇ ਦਾ ਮੁੱਦਾ ਤੁਸੀਂ ਪਹਿਲਾਂ ਜਦੋਂ ਖਬਰ ਸ਼ੁਰੂ ਕੀਤੀ ਸੀ ਤੁਸੀਂ ਕਿਹਾ ਸੀ ਕਿ ਇਹ ਜਿਹੜਾ ਤੁਸੀਂ ਕਿਹਾ ਸੀ ਵੀ ਚਿੱਟੇ ਦੇ ਨਾਲ ਤਿੰਨਾਂ ਭੈਣਾਂ ਦਾ ਭਰਾ ਮਰ ਗਿਆ, ਅੱਜ ਦੀ ਗੱਲ ਹੈ ਜੀ, ਮਲੂਟ ਗਿਆ ਇਹਨਾਂ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਸਹੁੰ ਖਾਧੀ, ਚੌਂ ਹਫ਼ਤਿਆਂ ਨਸ਼ਾ ਖਤਮ ਕਰ ਦੇਣਾ। ਹਾਂਜੀ, ਜਿੰਨਾਂ ਦਾ ਭਰਾ ਮਰ ਗਿਆ ਤਿੰਨਾਂ ਭੈਣਾਂ ਦਾ, ਰੱਖੜੀ ਬੰਨਣ ਉਹ ਕਿੱਥੇ ਜਾਣਗੀਆਂ ਤੇ ਉਹਨਾਂ ਦੇ ਜੋ ਦੁੱਖਾਂ ਦਾ ਪਹਾੜ ਡਿੱਗਾ ਵਾ ਉਹ ਉਹਨਾਂ ਨੂੰ ਪਤਾ, ਉਹਨਾਂ ਨੂੰ ਪਤਾ। ਇਸ ਕਰਕੇ ਇਹ ਫੇਲ ਸਿੱਧੂ ਸਾਹਿਬ ਕਿਉਂ ਨਹੀਂ ਗੱਲ ਕਰਦੇ ਵੀ ਨਸ਼ਾ ਜਿਹੜਾ ਵਾ ਉਹ ਆਪਾਂ 4 ਹਫ਼ਤਿਆਂ ਦੀ ਗੱਲ ਸੀ, ਹਲੇ ਤੇ 6 ਮਹੀਨੇ ਪਏ। ਪਹਿਲਾਂ ਸਭ ਤੋਂ ਮੁੱਦਾ ਇਹਨਾਂ ਨੂੰ ਚਾਹੀਦਾ ਨਸ਼ੇ ਦਾ ਜੀ। ਉਸ ਤੋਂ ਬਾਅਦ ਜਿਹੜਾ ਕਿਸਾਨਾਂ ਦਾ 90,000 ਕਰੋੜ ਰੁਪਈਆ ਇਹਨਾਂ ਨੇ ਕਰਜ਼ਾ ਮਾਫ਼ ਕਰਨਾ, ਸਿੱਧੂ ਸਾਹਿਬ ਉਹਦੇ ਤੇ ਸਟੈਂਡ ਲੈਣ, ਜਿਹੜੀਆਂ ਅਸਲੀ ਗੱਲਾਂ ਵਾ ਉਹਨਾਂ ਨੂੰ ਛੱਡ ਕੇ ਇਹ ਇੱਧਰ ਉੱਧਰ ਰਾਜਨੀਤੀ ਕਰਦੇ। 5 ਸੂਤਰੀ ਲਿਖ ਲਿਆ, ਉਹ ਤਾਂ ਸਟੇਜ ਤੇ ਵੀ ਕਹਿ ਦਿੱਤਾ ਸੀ ਇਹਨਾਂ ਨੇ, ਹੁਣ 5 ਸੂਤਰੀ ਲਿਖ ਕੇ ਚਿੱਠੀ ਪਾ ਕੇ ਮੀਡੀਆ ਹਾਈਪ ਕ੍ਰੀਏਟ ਕਰਨ ਦੀ ਕੀ ਲੋੜ ਆ? ਹੁਣ ਤੇ ਇਹਨਾਂ ਨੂੰ ਕੰਮ ਕਰਨ ਦੀ ਲੋੜ ਆ, ਨਾ ਕਿ ਆਪਸ ਦੇ ਵਿੱਚ ਪੋਲਿਟਿਕਸ ਜੋ ਸੁੱਟ ਦੀਏ ਸਾਰਾ ਜਿੰਨਾ ਵਾ ਭਾਰ ਸੁੱਟ ਦੀਏ ਕੈਪਟਨ ਸਾਹਿਬ ਤੇ, ਉਹਨਾਂ ਨੂੰ ਰਿਟਾਇਰ ਕਰ ਦਈਏ ਸਿੱਧੂ ਸਾਹਿਬ, ਫਿਰ ਆਖਣ ਜੀ ਹੁਣ 5 ਸਾਲ 'ਚ ਮੈਂ ਇਹ 18 ਸੂਤਰੀ ਪ੍ਰੋਗਰਾਮ ਜਿਹੜਾ ਇਹ ਸਿਰੇ ਚੜਾਊਂਗਾ। ਲੋਕਾਂ ਨੂੰ ਕਿੰਨਾ ਚਿਰ ਇਹ ਪਾਗਲ ਬਣਾਉਣ ਦੀ ਪ੍ਰਵਿਰਤੀ ਸਰਕਾਰਾਂ ਦੀ ਜਿਹੜੀ ਆ ਪਾਰਟੀਆਂ ਦੀ ਚੱਲੂਗੀ, ਇਹ ਲੋਕਾਂ ਨੂੰ ਸਮਝਣ ਦੀ ਲੋੜ ਆ। ਇਸ ਕਰਕੇ ਜਿਹੜੀ ਤੁਸੀਂ ਆਪਣਾ ਬਿਜਲੀ ਦਾ ਗੱਲ ਕਹੀ ਹੈ, ਬਿਜਲੀ ਦੇ ਉਸ ਟਾਈਮ ਦੇ ਕਰਾਰ ਹਾਲੇ ਕਿ ਇਹ ਮੁੱਦਾ ਜਿਹੜਾ ਵਾ ਡਿਪਾਰਟਮੈਂਟ ਵੀ ਨਹੀਂ ਸੀ ਮੇਰਾ, ਪਰ ਜਿੰਨਾ ਕੁ ਮੈਂ ਸਮਝਦਾ ਉਸ ਵੇਲੇ ਦੇ ਟਾਈਮ ਦੇ ਉੱਤੇ ਜੋ ਰਿਕੁਆਇਰਮੈਂਟ ਸੀ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀਗੀ 2002 ਤੋਂ 2007 ਤੱਕ ਦੀ, ਇਹਨਾਂ ਨੇ ਦੁਕਾਨਾਂ 5 ਵਜੇ ਬੰਦ, ਇੱਕ ਇੱਕ ਦਿਨ ਪੂਰੀ ਬੰਦ, ਮਾਲ ਬੰਦ, ਇੰਡਸਟਰੀ ਬੰਦ, ਇੰਨਾ ਕ੍ਰਾਈਸਿਸ ਸੀਗਾ ਉਸ ਵੇਲੇ ਬਿਜਲੀ ਦਾ ਵੀ ਸਰਕਾਰ ਨੇ ਆਉਂਦਿਆਂ ਹੀ ਪਹਿਲਾਂ ਇਹ ਪ੍ਰਬੰਧ ਕੀਤਾ ਵੀ ਅਸੀਂ ਥਰਮਲ ਪਲਾਂਟ ਲਾਈਏ। ਲਾਏ ਵੀ, ਪ੍ਰਾਈਵੇਟ ਇਨਵੈਸਟਰ ਲਿਆਂਦੇ, ਲਿਆ ਕੇ ਜੋ ਉਸ ਵੇਲੇ ਦੇ ਬੈਸਟ ਐਗਰੀਮੈਂਟ ਉਹ ਕੀਤੇ, 2 ਰੁਪਏ ਕਿੰਨੇ ਪੈਸੇ ਬਿਜਲੀ ਜਿਹੜੀ ਆ ਉਹ ਅੱਜ ਤੱਕ ਦੀ ਪੂਰੇ ਹਿੰਦੁਸਤਾਨ ਦੇ ਵਿੱਚ ਕਿਸੇ ਐਗਰੀਮੈਂਟ 'ਚ ਇੰਨਾ ਨਹੀਂ ਆ। ਪਰ ਜਦੋਂ ਅਗਲਿਆਂ ਨੂੰ ਪਤਾ ਵਾ ਵੀ ਸਰਪਲਸ, ਜਦੋਂ ਬਿਜਲੀ ਦੀ ਯੂਜ਼ ਘੱਟ ਹੁੰਦੀ ਆ ਉਹਦੀ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਆ, ਅਤੇ ਇਹ ਕਰਾਰਾਂ ਦੇ ਵਿੱਚ ਉਦੋਂ ਬਿਊਰੋਕ੍ਰੇਸੀ ਬਹਿੰਦੀ ਆ, ਸਭ ਜਿਹੜੇ ਥਿੰਕ ਟੈਂਕ ਬਹਿੰਦੇ ਆ ਉੱਧਰੋਂ, ਜਿਹੜੇ ਇਨਵੈਸਟਰ ਬਹਿੰਦੇ ਆ ਉਹਨਾਂ ਨੇ, ਜਿਨ੍ਹਾਂ ਨੇ ਅਰਬਾਂ ਖਰਬਾਂ ਰੁਪਇਆ ਲਾਉਣਾ ਵਾ, 1,000 ਕਰੋੜ ਰੁਪਇਆ ਲਾਉਣਾ, ਉਹਨਾਂ ਨੇ ਵੀ ਤਾਂ ਘਾਟਾ ਖਾਣ 'ਤੇ ਕਿਸੇ ਨੇ ਨਹੀਂ ਆਉਣਾ। ਜੀ ਜੀ, ਇਸ ਕਰਕੇ ਉਸ ਵੇਲੇ ਦੇ ਜਿਹੜੇ ਕਰਾਰ ਹੋਇਆ ਇਹਨਾਂ ਨੂੰ ਰਿਵਿਊ ਕੀਤਾ ਜਾ ਸਕਦਾ, ਕਰਨਾ ਚਾਹੀਦਾ ਵਾ, ਇਹਨਾਂ ਕੋਲ ਇੱਕ ਆਪਸ਼ਨ ਹੈਗੀ ਕਰਨੀ। ਪਰ ਇਹ ਨਹੀਂ ਕਹਿ ਸਕਦੇ ਵੀ ਉਸ ਵੇਲੇ ਜੋ ਹੋਇਆ ਉਹ ਮਾੜਾ ਹੋਇਆ ਹੁਣ ਅਸੀਂ ਚੰਗਾ ਕਰਦੇ ਪਏ ਹਾਂ। ਚੰਗਾ ਤਾਂ ਇਹ ਕਰਨ ਵੀ ਜਿਹੜਾ ਇਹਨਾਂ ਨੇ ਵਾਅਦੇ ਕੀਤੇ ਆ ਨਾ ਪੂਰੇ, ਉਹ ਕਰਨ, ਸਾਰੇ ਵਾਅਦੇ ਪੂਰੇ। ਨੌਕਰੀ ਕਿਹਨੂੰ ਦੇਤੀ ਇਹਨਾਂ ਨੇ? ਜੋਸ਼ੀ ਜੀ, ਇਹਦੇ ਉੱਤੇ ਬਹੁਤ ਲੰਮੇ ਚੌੜੇ ਕੁਐਸਚਨ ਹੈ। ਜਿਹੜੇ 4 ਪਲਾਂਟ ਨੇ, ਐਗਰੀਮੈਂਟ ਕੋਈ ਗੱਲ ਹੋ ਜਾਂਦੀ ਹੈ ਉਹਨੂੰ ਫਿਕਸ ਕੀਤਾ ਜਾ ਸਕਦਾ, ਬਜਾਏ ਕਿ ਆਪਾਂ ਇੱਕ ਦੂਜੇ ਜੀ, ਪਰ ਇਹਨਾਂ ਦਾ ਵੀ ਟਾਈਮ ਲੰਮਾ ਹੋ ਗਿਆ, 4.5 ਸਾਲ ਜੇ ਅਸੀਂ ਕਰ ਲੈਣੇ। ਅਤੇ ਰਹੀ ਗੱਲ ਤੁਹਾਡੇ ਸਾਥੀ, ਪੁਰਾਣੇ ਸਾਥੀ ਸਿੱਧੂ ਦੀ, ਜੇ ਆਪਾਂ ਸਾਰੀ ਪੋਲਿਟਿਕਸ ਚੱਲਦੀ ਪਈ ਜੀ, ਸਾਰੀ ਪੋਲਿਟਿਕਸ, ਇਹ ਕਰਨਗੇ ਉਹ ਕੋਰਟ 'ਚ ਜਾਣਗੇ, ਕੰਪਨੀਆਂ ਕੋਰਟ 'ਚ ਜਾਣਗੀਆਂ। ਹਾਂਜੀ 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 ਹਾਂਜੀ, ਆਖਿਆ ਐਗਰੀਮੈਂਟ ਰੱਖਿਆ ਨਹੀਂ ਵਿੱਚ, ਲੂਪਹੋਲ ਛੱਡਣਗੇ, ਬੰਦ ਬਣਾਉਣ, ਬੰਦ ਹੋਣਗੇ ਤੇ ਇਹਨਾਂ ਨੇ ਕੀ ਕੁੱਟ ਖਾਣੀ ਹੈ? ਇਹਨਾਂ ਜਾਣਾ ਨਹੀਂ ਇਲੈਕਸ਼ਨ ਲੜਨ? ਜੀ ਜੋਸ਼ ਸਾਹਿਬ, ਇਹ ਲੰਮੇ ਮੁੱਦੇ ਨੇ, ਮੈਂ ਅਗਲੇ ਮਹੀਨੇ ਤੁਹਾਡੇ ਤੋਂ ਟਾਈਮ ਫੇਰ ਲਊਂਗਾ, ਕਿਉਂਕਿ ਸਿੱਧੂ ਸਾਹਿਬ ਜਾਂ ਹੋਰ ਕਿਸੇ ਦੇ ਅਗੇਂਸਟ ਕੁਛ ਨਹੀਂ ਗਾ, ਉਹ ਹਲੇ ਤਾਂ ਉੱਤੇ ਜੋ ਵੀ ਆ ਆਪਾਂ ਬਾਅਦ 'ਚ ਗੱਲ ਕਰ ਲਾਂਗੇ। ਗੱਲ ਇਹ ਕਿ ਜੋ ਹੁਣ ਪ੍ਰਧਾਨ ਬਣਨ ਤੋਂ ਬਾਅਦ ਕਰ ਰਹੇ ਹੈ ਉਹ ਤਾਂ ਆਲਰੇਡੀ ਮੂੰਹ ਨਾਲ ਗੱਲਾਂ ਤਾਂ ਹਰੇਕ ਕੋਈ ਕਰ ਰਿਹਾ, ਉਹਦਾ ਕੋਈ ਹੱਲ ਨਹੀਂ ਦੱਸ ਰਿਹਾ, ਉਹ 'ਤੇ ਆਪਾਂ ਗੱਲ ਕਰਾਂਗੇ ਬਾਅਦ 'ਚ, ਪਰ ਹੁਣ ਵਕਤ ਇਜਾਜ਼ਤ ਨਹੀਂ ਦੇ ਰਿਹਾ। ਅੱਜ ਤੁਸੀਂ ਟਾਈਮ ਕੱਢਿਆ ਜੋਸ਼ ਸਾਹਿਬ, ਬਹੁਤ ਬਹੁਤ ਧੰਨਵਾਦ, ਖਿਆਲ ਰੱਖਣਾ ਆਪਣਾ ਜੀ। ਦਰਸ਼ਕੋ, ਇਹ ਸਨ ਅਨਿਲ ਜੋਸ਼ੀ ਜੀ, ਅੱਜ ਵਕਤ ਇਜਾਜ਼ਤ ਨਹੀਂ ਦੇ ਰਿਹਾ, ਬਹੁਤ ਸੋਹਣਾ ਐਲਾਬਰੇਟ ਕੀਤਾ ਹਰ ਇਸ਼ੂ ਦੇ ਉੱਤੇ। ਆਪਣਾ ਪੂਰਾ ਖਿਆਲ ਰੱਖਣਾ, ਨਵੀਂ ਸ਼ਖਸੀਅਤਾਂ ਦੇ ਨਾਲ ਅਗਲੇ ਹਫ਼ਤੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।